ਟੀਚਿੰਗ ਦੀ ਗੱਲ ਕਰ ਰਹੇ ਸੀ ਸਿਲੇਬਸ ਵਿੱਚ ਹੈ ਟੀਚਿੰਗ ਲਰਨਿੰਗ ਪ੍ਰੋਸੈਸ ਵਿੱਚ ਸਿਲੇਬਸ ਅਲੱਗ ਤੋਂ ਕੱਲ ਸ਼ੋ ਕਰ ਦਾਂਗਾ ਉਹਦੇ ਵਿੱਚ ਅਸੀਂ ਪੜ ਰਹੇ ਹਾਂ ਕਿ ਟ੍ਰੈਡੀਸ਼ਨਲ ਮੈਥਡ ਜਾਂ ਲਰਨਰ ਸੈਂਟਰਡ ਮੈਥਡ ਕੱਲ ਪੜ੍ਹੇ ਸੀ ਟੀਚਰ ਸੈਂਟਰਡ ਮੈਥਡ ਟੀਚਰ ਸੈਂਟਰਡ ਮੈਥਡ ਮੋਸਟਲੀ ਜਿਹੜੇ ਨੇ ਉਹ ਟ੍ਰੈਡੀਸ਼ਨਲ ਮੈਥਡ ਨੇ ਜਿਹੜੇ ਐਡਵਾਂਸਡ ਮਾਡਰਨ ਮੈਥਡ ਨੇ ਉਹ ਲਰਨਰ ਸੈਂਟਰਡ ਇਹ ਨਹੀਂ ਹੈ ਕਿ ਟ੍ਰੈਡੀਸ਼ਨ ਵਿੱਚ ਕੋਈ ਵੀ ਜਿਹੜਾ ਹੈ लर्नर सेंटर मैथड नहीं है लेकिन असी uh, समझ रहे हैं टीचर सेंट मैथड ज रोंग ऑप्शन होएगी कल डिस्कशन की लेकिन कुछ एक मैथड्स अजे ने जोड़े कई बार शिफ्ट हो जाते हैं प्रोबेबिलिटी है कि वटूडेंट सेंटर बन जाता है कई बार वो टीचर सेंटर बन जाता है इनफोमेन केड़ी है जिस तो अं आइडेंटिफाई कर सकते हैं कि टीचर सेंटर है ज लर्नर सेंटर अज मोस्ट इंपोर्टेंट जो लर्नर सेंटर्ड पढ़ा मैथड ਇਨਕੁਆਰੀ ਬੇਸਡ ਲਰਨਿੰਗ ਇਨਕੁਆਰੀ ਬੇਸਡ ਲਰਨਿੰਗ ਵੈਸੀ ਅੰਬ੍ਰੇਲਾ ਟਰਮ ਹੈ ਇਟ ਮੀਨਸ ਲਾਰਜ ਨੰਬਰ ਆਫ ਮੈਂ ਲਾਰਜ ਨੰਬਰ ਕਹਿ ਰਿਹਾ ਮਤਲਬ ਬਹੁਤ ਸਾਰੇ ਹੋਰ ਸਬ ਮੈਥਡਸ ਨੇ ਇੱਕ ਕਨਸਟਰਕਟਿਵਿਜ਼ਮ ਦੇ ਸੋਸ਼ਲ ਕਨਸਟਰਕਟਿਵਿਜ਼ਮ ਦੇ ਕognitive ਕਨਸਟਰਕਟਿਵਿਜ਼ਮ ਦੇ ਅੰਡਰ ਜਿਹੜੀ ਹੈ ਟਰਮ ਆਂਦੀ ਹੈ ਮੈਥਡ ਇਹ ਹਮੇਸ਼ਾ ਹੀ ਰਾਈਟ ਆਨਸਰ ਰਿਹਾ ਹੈ ਇਥੇ ਧਿਆਨ ਨਾਲ ਦੇਖਣਾ ਇਹ ਜੋ ਵੀਡੀਓ ਹੈ ਸੌਰੀ ਇਮੇਜ ਹੈ ਇਹਦੇ ਵਿੱਚ ਆਸਕ ਕੁਐਸਚਨ ਅਸੀਂ ਟੀਚਰ ਸੈਂਟਰਡ ਦੇ ਵਿੱਚ ਵੀ ਕੀਤਾ ਸੀ ਕਿ ਕੁਐਸਚਨਿੰਗ ਆਨਸਰਿੰਗ ਮੈਥਡ ਉਥੇ ਕੁਐਸਚਨਿੰਗ ਅਨਸਰਿੰਗ ਦੇ ਮੈਥਡ ਵਿੱਚ ਟੀਚਰ ਕੁਐਸਚਨ ਆਸਕ ਕਰਦਾ ਸੀ ਪੁੱਛਦਾ ਸੀ ਇੱਥੇ ਸਟੂਡੈਂਟ ਪੁੱਛ ਰਿਹਾ ਹੈ ਸਾਰੀ ਅਪਰੋਚ ਬਦਲ ਜਾਂਦੀ ਹੈ ਜਦੋਂ ਸਟੂਡੈਂਟ ਸੋਚ ਰਿਹਾ ਹੈ ਕognitive processes ਦੇ ਵਿੱਚੋਂ ਦੀ ਗੁਜ਼ਰ ਕੇ ਜਾਂਦਾ ਹੈ ਮਤਲਬ ਕਿ ਕੁਐਸਚਨ ਪੁੱਛਦਾ ਹੈ ਜਦੋਂ ਕੋਈ ਕੁਐਸਚਨ ਪੁੱਛਿਆ ਜਾਂਦਾ ਹੈ ਇਟ ਮੀਨ ਉਹਨੇ ਸੋਚਿਆ ਹੈ ਦੈਟ ਇਜ਼ ਵਾਈ ਕੁਐਸਚਨ ਪੁੱਛਣਾ ਨਾਰਮਲੀ ਰਾਈਟ ਆਨਸਰ ਹੁੰਦਾ ਹੈ ਜਦੋਂ ਤੁਹਾਨੂੰ ਪੁੱਛਿਆ ਜਾਂਦਾ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਮੈਥਡ ਤੋ ਪਤਾ ਲੱਗਦਾ ਹੈ ਜਾਂ ਆਪਸ਼ਨ ਤੋਂ ਪਤਾ ਲੱਗਦਾ ਹੈ ਕਿ ਬੱਚੇ ਐਕਟਿਵ ਨੇ ਹਨਾ ਕਿਹੜੀ ਕਲਾਸਰੂਮ ਅੱਛੀ ਹੁੰਦੀ ਹੈ ਜੇ ਉੱਥੇ ਆਪਸ਼ਨ ਇਹ ਆਉਂਦੀ ਹੈ ਕਿ ਜਿਸ ਕਲਾਸਰੂਮ ਵਿੱਚ ਬੱਚੇ ਕੁਐਸਚਨ ਪੁੱਛਦੇ ਹਨ ਇਟ ਮੀਨਸ ਟੀਚਰ ਨੇ ਜੋ ਗੱਲ ਕੀਤੀ ਸੀ ਉਹ ਸੁਣੀ ਹੈ ਡਾਊਟ ਕਲੀਅਰ ਹੋਇਆ ਹੈ ਡਾਊਟ ਪਿਆ ਹੈ ਕਨਫਿਊਜ਼ਨ ਹੋਈ ਹੈ ਕਨਫਿਊਜ਼ਨ ਨੂੰ ਦੂਰ ਕਰਨ ਲਈ ਕੁਐਸਚਨ ਪੁੱਛਿਆ ਜਾਂਦਾ ਹੈ ਦੈਟ ਇਜ਼ ਵਾਈ ਕੁਐਸਚਨ ਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਦਿੱਤੀ ਜਾਂਦੀ ਹੈ ਹਾਂ ਜਦੋਂ ਸਟੂਡੈਂਟ ਕੁਐਸਚਨ ਪੁੱਛਦਾ ਹੈ ਤਾਂ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਜਦੋਂ ਇਹ ਇੱਕ ਗੱਲ ਹੋਰ ਐਡ ਕਰਦਾ ਇੱਥੇ ਜਦੋਂ ਵੀ ਟੀਚਰ ਕੁਐਸਚਨ ਪੁੱਛਦਾ ਹੈ ਉਦੋਂ ਉਹ ਕੁਐਸਚਨ ਹਮੇਸ਼ਾ ਹੀ ਆਰਟੀਫੀਸ਼ੀਅਲ ਕੁਐਸਚਨ ਹੁੰਦਾ ਹੈ ਔਰ ਜਦੋਂ ਵੀ ਸਟੂਡੈਂਟ ਪੁੱਛਦਾ ਹੈ ਜਦੋਂ ਸ਼ਰਾਰਤ ਵਿੱਚ ਨਹੀਂ ਹੈ ਜਦੋਂ ਸ਼ਰਾਰਤ ਵਿੱਚ ਹੈ ਉਦੋਂ ਕੁਐਸਚਨ ਪੁੱਛ ਸਕਦੇ ਨੇ ਨਾਰਮਲੀ ਉਹ ਜਿਹੜਾ ਕੁਐਸਚਨ ਸਟੂਡੈਂਟ ਪੁੱਛਦਾ ਹੈ ਉਹ ਨੇਚੁਰਲ ਹੁੰਦਾ ਹੈ ਨੇਚੁਰਲ ਤੇ ਆਰਟੀਫੀਸ਼ੀਅਲ ਕੁਐਸਚਨ ਤੇ ਵੀ ਐਮਸੀਕਿਊ ਆ ਸਕਦਾ ਹੈ ਆਰਟੀਫੀਸ਼ੀਅਲ ਕੁਐਸਚਨ ਉਹ ਹੁੰਦਾ ਹੈ ਜਿਸ ਦਾ ਆਨਸਰ ਪਹਿਲਾਂ ਤੋਂ ਨੋਨ ਹੈ ਟੀਚਰ ਨੂੰ ਪਤਾ ਹੈ ਐਸ ਵੇਲੇ ਜੇ ਮੈਂ ਇੱਥੇ ਕੋਈ ਕੁਐਸਚਨ ਪੁੱਛਦਾ ਹਾਂ ਤੁਹਾਨੂੰ ਇਹ ਆਰਟੀਫੀਸ਼ੀਅਲ ਹੋਏਗਾ ਕਿਉਂਕਿ ਆਨਸਰ ਮੈਨੂੰ ਪਤਾ ਹੈ ਲੇਕਿਨ ਲਰਨਰ ਸੈਂਟਰਡ ਕੁਐਸਚਨ ਕਿਹੜੇ ਹੁੰਦੇ ਹਨ ਨੇਚਰਲ ਕੁਐਸਚਨ ਹੁੰਦੇ ਹਨ ਨੇਚਰਲ ਕੁਐਸਚਨ ਜਿਹਦੇ ਵਿੱਚ ਅ ਬੱਚਾ ਅਸਲ ਨੌਲੇਜ ਇਨਫੋਰਮੇਸ਼ਨ ਆਨਸਰ ਨਹੀਂ ਜਾਣਦਾ ਸੋ ਉਹ ਜਾਣਨਾ ਚਾਹੁੰਦਾ ਹੈ ਉਹ ਜਾਣਨਾ ਚਾਹੁੰਦਾ ਹੈ ਕਿ ਬਣੀ ਹੈ ਕਿਉਰਿਓਸਿਟੀ ਬਣੀ ਸੋ ਕਿਉਰਿਓਸਿਟੀ ਨੂੰ ਇੰਟਰਸਟ ਨੂੰ ਬੇਸ ਬਣਾਉਣਾ ਜਿਹੜਾ ਹੈ ਉਹ ਇਨਕੁਆਰੀ ਬੇਸਡ ਲਰਨਿੰਗ ਦਾ ਜਿਹੜਾ ਆਧਾਰ ਹੈ ਕਨਸਟਰਕਟਿਵਿਜ਼ਮ ਦਾ ਆਧਾਰ ਹੈ ਇਨਕੁਆਰੀ ਦਾ ਮਤਲਬ ਸਿਰਫ ਆਸਕ ਕੁਐਸਚਨ ਨਾ ਲੈ ਲਿਓ ਮੈਂ ਇਸ ਨੂੰ ਥੋੜਾ ਰੱਬ ਕਰ ਦਿਆਂ ਸਿਰਫ ਕੁਐਸਚਨ ਪੁੱਛਣਾ ਨਾ ਲੈ ਲਿਓ ਕੀ ਚੀਜ਼ ਇੱਕ ਸਰਾ ਟੂਲ ਹੈਗਾ ਜਦੋਂ ਤੁਸੀਂ ਮਾਰਕ ਕਰਨਾ ਇਹਨੂੰ ਇਹਦਾ ਤੁਸੀਂ ਮਾਫ ਕਰ ਸਕਦੇ ਹੋ। ਤਾਂ ਠੀਕ ਹੈ। ਇਹਦੇ ਕਲਰ ਮੈਂ ਚੇਂਜ ਕਰ ਦਿੰਦਾ। ਕਲਰ ਇਹਦਾ ਆ। ਇੱਥੇ ਕਲਿੱਕ ਕਰੋਗੇ ਆ ਇੱਥੇ ਕਲਿੱਕ ਕਰੋਗੇ ਤਾਂ ਬੈਂਟ ਠੀਕ ਠੀਕ। ਆਹ ਥੈਂਕ ਯੂ ਸਰ ਹੁਣ ਸਰ ਨੇ ਸਾਨੂੰ ਮੈਨੂੰ ਇੱਕ ਚੀਜ਼ ਲਰਨ ਕਰਵਾ ਕੇ ਦੇ ਗਏ ਆ। ਹਾਂ ਸਰ ਇਹਦੀ ਵਿਡਥ ਵੱਜ ਜਾਏਗੀ। ਹੋ ਜਾਂਦਾ ਕਿ ਨਹੀਂ? ਓਕੇ। ਅ ਸਟੂਡੈਂਟ ਕੁਐਸਚਨ ਪੁੱਛਦਾ ਹੈ ਸਿਰਫ ਇਨਕੁਆਰੀ ਮੈਥਡ ਕਵੈਸਚਨ ਪੁੱਛਣ ਤੇ ਬੇਸ ਨਹੀਂ ਆ ਕਿਉਂਕਿ ਸਾਨੂੰ ਲੱਗਦਾ ਹੈ ਕਿ ਇਨਕੁਰੀ ਇਨਕੁਰੀ ਦਾ ਮਤਲਬ ਪੁੱਛਣਾ ਹੈ ਆ ਐਕਚੁਅਲ ਚ ਇਹਦਾ ਮੰਨਦਾ ਹੈ ਇਹ ਵਾਲਾ ਸ਼ਬਦ ਦੇਖੋ ਮੈਂ ਸ਼ਬਦ ਚੁਣ ਕੇ ਲੈ ਕੇ ਆਇਆ ਹਾਂ ਮੇਰੀ ਮਿਹਨਤ ਕੀ ਹੈ ਮੇਰੀ ਦੀਆਂ ਉਹਦੀ ਮਿਹਨਤ ਹੁੰਦੀ ਹੈ ਕਿ ਟੀਚਰ ਸਾਡੇ ਤੇ ਤੁਹਾਡੇ ਜਾਂ ਤੁਸੀਂ ਟੀਚਰ ਬਣਨਾ ਹੈ ਤਾਂ ਤੁਹਾਡੇ ਅੱਗੇ ਸਟੂਡੈਂਟਸ ਕੀ ਫਰਕ ਹੋਏਗਾ ਮੈਂ ਮੋਸਟ मीनिंगफुल ਇਨਫੋਰਮੇਸ਼ਨ ਲੱਭ ਕੇ ਲੈ ਹੋਣੀ ਹੈ ਜਿਹੜੀ ਤੁਹਾਡੇ ਕੰਮ ਆਏਗੀ ਇੱਥੇ ਕੰਮ ਕਿਹਦੇ ਵਿੱਚ ਟੈਸਟ ਵਿੱਚ ਆਏਗੀ ਵੈਸੇ ਚਾਹੀਦਾ ਹੈ ਕਿ ਲਾਈਫ ਵਿੱਚ ਆਵੇ ਜਦੋਂ ਇਨਵੈਸਟੀਗੇਟ ਕਰਦਾ ਹੈ ਬੱਚਾ ਉਹ ਇਨਕੁਆਰੀ ਬੇਸਡ ਲਰਨਿੰਗ ਦੀ ব্রাঞ্চ ਹੀ ਹੋਏਗੀ ਉਹਦੇ ਨਾਲ ਰਿਲੇਟਡ ਹੋਏਗੀ ਓਵਰਲੈਪਿੰਗ ਵੀ ਹੋਏਗੀ ਅੱਗੇ ਕੁਐਸਚਨ ਆਣਗੇ ਲੇਕਿਨ ਤੁਹਾਡੇ ਐਨੇ ਡੀਪ ਕੁਐਸਚਨ ਨਹੀਂ ਪੀਐਸਟੈਟਰ ਦੇ ਵਿੱਚ ਟੈਟ ਵਿੱਚ ਸੈਂਟਰਲ ਟੈਸਟ ਵਿੱਚ ਉਹਦੇ ਵਿੱਚ ਪੁੱਛੇ ਜਾਣਗੇ ਸੋ ਇਨਵੈਸਟੀਗੇਟ ਬੱਚਾ ਕਰਦਾ ਹੈ ਇਨਵੈਸਟੀਗੇਸ਼ਨ ਲਈ ਇੱਕ ਹੋਰ ਬੜਾ ਅੱਛਾ ਸ਼ਬਦ ਹੈ ਰਿਸਰਚ ਇਹ ਤਿੰਨ ਸ਼ਬਦ ਤਾਂ ਨੂੰ ਦੱਸ ਦਿੱਤੇ ਹਨ ਜਿਹੜੇ ਹਮੇਸ਼ਾ ਹੀ ਰਾਈਟ ਆਨਸਰ ਵੱਲ ਤੁਹਾਨੂੰ ਲੈ ਕੇ ਜਾਂਦੇ ਨੇ ਇਸ ਤੋਂ ਇਲਾਵਾ ਇੱਕ ਹੋਰ ਪਿਆਰਾ ਜਿਹਾ ਸ਼ਬਦ ਹੈ ਐਕਸਪਲੋਰੇਸ਼ਨ ਪੰਜਾਬੀ ਵਿੱਚ ਦੇਖਣਾ ਹੈ ਖੋਜ ਦੂਸਰੇ ਦਾ ਮਤਲਬ ਵੀ ਖੋਜ ਹੀ ਬਣਿਆ ਹੈ ਜਾਂਚ ਪੜਤਾਲ ਪੁੱਛਦੇ ਹਨ ਸੋ ਇਹ ਰਾਈਟ ਆਨਸਰ ਹੋਣਗੇ ਹਨਾ ਮੈਂ ਐਗਜ਼ਾਮਪਲ ਦਿੱਤੀ ਹੈ ਇੱਥੇ ਐਗਜ਼ਾਮਪਲ ਨਹੀਂ ਡਿਸਕਸ ਕਰਾਂਗਾ ਲੰਬਾ ਹੋ ਜਾਏਗਾ ਦਮ ਦੋ ਡਿਵੀਜ਼ਨ ਕਰਨੀਆਂ ਪੈਣਗੀਆਂ ਸੋ ਬੱਚੇ ਕੀ ਕਰਦੇ ਨੇ ਐਕਸਪੈਰੀਮੈਂਟ ਕਰਦੇ ਨੇ ਡਾਟਾ ਕਲੈਕਟ ਕਰਦੇ ਨੇ ਉਸ ਨੂੰ ਪ੍ਰੈਜ਼ੈਂਟ ਕਰਦੇ ਨੇ ਆਪਣੀਆਂ ਫਾਈਨਡਿੰਗ ਜੋ ਉਹਨਾਂ ਨੇ ਲੱਭੀਆਂ ਹਨ ਇਨਵੈਸਟੀਗੇਟ ਕੀਤੀਆਂ ਹਨ ਸੋ ਇਹਨਾਂ ਤਿੰਨ ਚਾਰ ਸ਼ਬਦਾਂ ਨਾਲ ਤੁਸੀਂ ਇਨਕੁਆਰੀ ਬੇਸਡ ਲਰਨਿੰਗ ਨੂੰ ਜਾਣ ਸਕਦੇ ਆ ਤੇ ਜ਼ਿਆਦਾ ਟਾਈਮ ਲোন ਦੀ ਜ਼ਰੂਰਤ ਸੀ ਲੇਕਿਨ ਇੱਥੇ ਆਪਾਂ ਕਿਉਂਕਿ ਐਮਸੀਕਿਊ ਤੇ ਜ਼ਿਆਦਾ ਫੋਕਸ ਕਰਨਾ ਹੈ ਇਸ ਲਈ ਅੱਗੇ ਚੱਲਣਾ ਹੋਏਗਾ ਸੈਕੰਡ ਮੈਥਡ ਹੈ ਆਪਾਂ ਕੀ ਕਰ ਰਹੇ ਹਾਂ ਲਰਨਰ ਸੈਂਟਰਡ मैथड uh, ये सर आ रही है अग्न जाएगी ओके okay. अगे कड़ा है प्रॉब्लम बेस्ड लर्निंग एक गल समझ लेना अगे जाके नहीं तो क्वेश्चन पूछो मैं चाहना मैं समझा दा बादशन पुछो uh, समझा दा पहला के नहीं प्रॉब्लम बेस्ड लर्निंग है अगला आएगा प्रोजेक्ट बेस्ड लर्निंग है ना नॉर्मली इसफरेंस पुछते नहीं है पर डिफरेंस सूँ पता होना चाहिए है प्रॉब्लम बेस्ड लर्निंग हाईली देखो तीन तीन पार्ट ने ਏ ਜੇ ਅਸੀਂ ਦੇਖੀਏ ਇੱਕ ਅਸੀਂ ਦਿਮਾਗ ਇਤੋਂ ਪ੍ਰਿੰਤ ਤੋਂ ਕੰਮ ਲੈਂਦੇ ਆ ਜਿਸ ਨੂੰ ਥਿੰਕਿੰਗ ਵਾਲਾ ਪਾਰਟ ਕਹ ਲੋ ਅ ਥਿੰਕਿੰਗ ਮੈਂ ਆਪਣੇ ਬਾਡੀ ਤੇ ਹੱਥ ਰੱਖ ਕੇ ਦੱਸਣ ਲੱਗਾ ਪਹਿਲਾ ਸਿਰ ਬ੍ਰੇਨ ਥਿੰਕਿੰਗ ਇਨਫੋਰਮੇਸ਼ਨ ਪ੍ਰੋਸੈਸਿੰਗ ਦੂਸਰਾ ਇਥਿਕ ਸਾਡਾ ਦਿਲ ਬਣਿਆ ਹੁੰਦਾ ਹੈ ਦਿਲ ਫੀਲਿੰਗ ਇਮੋਸ਼ਨਸ ਇਹ ਵਾਲਾ ਪਾਰਟ ਹਨਾ ਤੇ ਫਿਰ ਇਹ ਹੱਥਾਂ ਵਾਲਾ ਜਿਹੜਾ ਕੰਮ ਕਰਦੇ ਆ ਡੂਇੰਗ ਸਾਰੀ ਬਾਡੀ ਤੋਂ ਕੰਮ ਲੈਂਦੇ ਆ ਤਿੰਨ ਹਿੱਸਿਆਂ ਵਿੱਚ ਤਿੰਨ ਡੋਮੇਨ ਵਿੱਚ ਅਸੀਂ ਬਿਹੇਵੀਅਰ ਨੂੰ ਨਾਰਮਲੀ ਵੰਡਦੇ ਹਾਂ ਤੇ ਜਦੋਂ ਪ੍ਰੋਬਲਮ ਬੇਸਡ ਮੈਥਡ ਆਉਂਦਾ ਹੈ ਉਹਦੇ ਵਿੱਚ ਥਿੰਕਿੰਗ ਜਿਹੜੀ ਹੈ ਡੋਮਿਨੇਟ ਕਰਦੀ ਹੈ ਔਰ ਜਦੋਂ ਪ੍ਰੋਜੈਕਟ ਮੈਥਡ ਆਏਗਾ ਉਹਦੇ ਵਿੱਚ ਇੱਕ ਪੂਰੀ ਪ੍ਰੋਬਲਮ ਹੈ ਉਸ ਨੂੰ ਕੰਪਲੀਟ ਕਰਨਾ ਹੈ ਜਿਹਦੇ ਵਿੱਚ ਥਿੰਕਿੰਗ ਡੂਇੰਗ ਫੀਲਿੰਗ ਸਾਰਾ ਕੁਝ ਕਵਰ ਹੁੰਦਾ ਹੈ ਚਲੋ ਇਹ ਡਿਟੇਲ ਚ ਇੰਨਾ ਡਿਟੇਲਸ ਕੁਐਸਚਨ ਸ਼ਾਇਦ ਨਾ ਪੁੱਛਿਆ ਜਾਵੇ ਲੇਕਿਨ ਵਾਪਸ ਆ ਕੇ ਪ੍ਰੋਬਲਮ ਬੇਸਡ ਲਰਨਿੰਗ ਨੂੰ ਸਮਝ ਲਈਏ ਨੰਬਰ 1 ਪ੍ਰੋਬਲਮ ਸੋਲਵ ਕਰਨੀ ਹੈ ਤਾਂ इजी ਨਹੀਂ ਹੋਏਗੀ ਕੰਪਲੈਕਸ ਹੋਏਗੀ ਕਿਉਂਕਿ ਬ੍ਰੇਨ ਲੱਗੇ ਦੂਸਰਾ ਉਹ ਰੀਅਲ ਹੋਏਗੀ ਰੀਅਲ ਵਰਡ ਪ੍ਰੋਬਲਮ ਹੋਏਗੀ ਪ੍ਰੋਜੈਕਟ ਮੈਥਡ ਕਰਾਂਗੇ ਉੱਥੇ ਵੀ ਰੀਅਲ ਵਰਡ ਪ੍ਰੋਬਲਮ ਹੋਏਗੀ ਤੀਜੀ ਗੱਲ ਹੈ ਹਾਂ ਵੈਸੇ ਇਥੇ ਕਲੈਬੋਰੇਟਿਵ ਗਰੁੱਪ ਹੈ ਇੰਡੀਵਿਜੂਅਲ ਪ੍ਰੋਬਲਮ ਸੋਲਵਿੰਗ ਵੀ ਹੋ ਸਕਦੀ ਹੈ ਪਰ ਬੈਟਰ ਜਾਂ ਬੈਸਟ ਇਹ ਕੋਲੈਬੋਰੇਟਿਵ ਵੀ ਸਮਝੀ ਜਾਂਦੀ ਹੈ ਇਹ ਕਾਰਨ ਕੀ ਹੈ ਕਿ ਜਦੋਂ ਪ੍ਰੋਬਲਮ ਸੋਲਵ ਕਰਦੇ ਆ ਹੋ ਸਕਦੇ ਇਹ ਬੱਚੇ ਨੂੰ ਵੀਕ ਸਮਝਿਆ ਜਾਂਦਾ ਸੀ ਇਸ ਨੂੰ ਹੋਰ ਪਾਸਿਓ ਵੀਕ ਸਮਝਿਆ ਜਾਂਦਾ ਸੀ ਇਸ ਨੂੰ ਹੋਰ ਪਾਸਿਓ ਵੀਕ ਜਾਂ ਹੁਸ਼ਿਆਰ ਸਮਝਿਆ ਜਾਂਦਾ ਸੀ ਇਹ ਇਹ ਉਸ ਪ੍ਰੋਬਲਮ ਲਈ ਡਿਫਰੈਂਟ ਪਰਸਪੈਕਟਿਵਲੀ ਕੰਟ੍ਰਿਬਿਊਟ ਕਰ ਸਕਦੇ ਨੇ ਇਹ ਡਿਫਰੈਂਟਲੀ ਕਰ ਸਕਦੇ ਨੇ ਡਿਫਰੈਂਟਲੀ ਕਰ ਸਕਦੇ ਨੇ ਸੋ ਇਹ ਕੰਟ੍ਰਿਬਿਊਸ਼ਨ ਹੈ ਤਾਂ ਇੱਕ ਦੂਜੇ ਤੋਂ ਫਿਰ ਉਹ ਸਿੱਖਦੇ ਨੇ ਨੈਕਸਟ ਚਲਦੇ ਹਾਂ ਪ੍ਰੋਬਲਮ ਬੇਸਡ ਲਰਨਿੰਗ ਤੋਂ ਅੱਗੇ ਪ੍ਰੋਜੈਕਟ ਬੇਸਡ ਲਰਨਿੰਗ ਇੱਥੇ ਕੀ ਹੈ ਪ੍ਰੋਜੈਕਟ ਲੈਣਾ ਹੈ ਤੁਸੀਂ ਇੱਥੇ ਐਗਜ਼ਾਮਪਲ ਲੈ ਸਕਦੇ ਹੋ ਵੈਸੇ ਹਿਸਟੋਰੀਕਲ ਡਾਕੂਮੈਂਟ ਦਾ ਹੈ ਤੁਸੀਂ ਈਜ਼ੀ ਐਗਜ਼ਾਮਪਲ ਲਓ ਕਿ ਵਿਲੇਜ ਵਿੱਚ ਜੇ ਤੁਸੀਂ ਮਾਡਲ ਮੇਕ ਕਰਨਾ ਹੈ ਮਾਡਲ ਬਣਾਉਣ ਦਾ ਪ੍ਰੋਜੈਕਟ ਪੂਰਾ ਕਰ ਸਕਦੇ ਹੋ ਤੁਸੀਂ ਆਪਣੇ ਕੈਂਪਸ ਦੀ ਸਫਾਈ ਆ ਕਰਨੀ ਨੇਚਰਲੀ ਪਲੈਨਿੰਗ ਹੈ এনवायरमेंट ਪੋਲੂਸ਼ਨ ਦੀ ਪ੍ਰੋਬਲਮ ਹੈ ਉਸ ਨੂੰ ਸੋਲਵ ਕਰ ਹੁਣ ਉਥੇ ਪਲੈਨਿੰਗ ਸਿਰਫ ਹੋਏਗੀ ਪ੍ਰੋਬਲਮ ਸੋਲਵਿੰਗ ਤੇ ਸੋਲੂਸ਼ਨ ਦੱਸੇ ਜਾਣਗੇ ਬ੍ਰੇਨ ਨਾਲ ਦੱਸੇ ਜਾ ਰਹੇ ਇੱਥੇ ਜਾ ਕੇ ਕਰਨਾ ਵੀ ਹੈ ਐਕਟਿਵਿਟੀ ਵੀ ਕਰਨੀ ਹੈ ਸੋ ਇਹ ਐਗਜ਼ਾਮਪਲ ਹੈ ਇਹਦੇ ਵਿੱਚ ਜਿਹੜੀ ਹੈ ਇੰਗੇਜਮੈਂਟ ਜ਼ਿਆਦਾ ਹੈ ਇਹਦਾ ਪਾਪਾ ਕੌਣ ਹੈ ਪਾਪਾ ਜੀ ਪ੍ਰੋਜੈਕਟ ਮੈਥਡ ਜੇ ਜੇ ਪੁੱਛੇ ਜਾਣ ਕਿੱਲ ਪੈਤ੍ਰਿਕ ਹੈ ਪ੍ਰੈਗਮੈਟਿਜ਼ਮ ਇੱਕ ਫਿਲਾਸਫੀ ਹੈ ਜੋ ਅਮਰੀਕਾ ਦੇ ਵਿੱਚ ਜான் ਡੀਵੀ ਦੇ ਉਸਦੇ ਫਾਦਰ ਲਗਭਗ ਹੋਏ ਨੇ ਉਹਨਾਂ ਨੂੰ ਮੰਨਿਆ ਜਾਂਦਾ ਹੈ ਉਹਨਾਂ ਨੂੰ ਡਿਟੇਲ ਚ ਤੁਸੀਂ ਬੀਐਡ ਵਿੱਚ ਵੀ ਪੜ੍ਹਨਾ ਹੈ ਪ੍ਰੋਗਰੈਸਿਵ ਐਜੂਕੇਸ਼ਨ ਦਾ ਕਨਸੈਪਟ ਉਹਨਾਂ ਨੇ ਦਿੱਤਾ ਐ ਮੈਂ ਜਿੰਨੀਆਂ ਗੱਲਾਂ ਕੀਤੀਆਂ ਨੇ ਸਾਰੇ ਐਨਸੀਕਿਊ ਕੁਐਸਚਨ ਬਣਦੇ ਨੇ ਨੈਕਸਟ ਹੈ ਇਹ ਕਿ ਕੀ ਕੀਤਾ ਜਾਂਦਾ ਹੈ ਹੁਣ ਇੱਥੇ ਵੀ ਪ੍ਰੋਬਲਮ ਸੋਲਵਿੰਗ ਸ਼ਾਮਲ ਹੈ ਲੇਕਿਨ ਨਾਲ ਡੂਇੰਗ ਹੋਏਗਾ ਕੋਲੈਬੋਰੇਸ਼ਨ ਵੀ ਹੈ ਹਨਾ ਇਹਦੇ ਪੀਰੀਅਡ ਐਕਸਟੈਂਡਡ ਹੈ ਉਥੇ ਥੋੜਾ ਹੈ ਪ੍ਰੋਜੈਕਟ ਲੰਬਾ ਚੱਲਦਾ ਹੈ ਠੀਕ ਸੋ ਜਿਹੜੀ ਪ੍ਰੋਜੈਕਟ ਮੈਥਡ ਤੇ ਪ੍ਰੋਬਲਮ ਬੇਸਡ ਮੈਥਡ ਵਿੱਚ ਜਿਹੜੀ ਮੈਂ ਪਹਿਲਾਂ ਡਿਫਰੈਂਸ ਦੱਸਿਆ ਹੈ ਉਸ ਨੂੰ ਹੀ ਤੁਸੀਂ ਸਾਹਮਣੇ ਰੱਖਣਾ ਹੈ ਡਿਟੇਲ ਵਿੱਚ ਕਰਨਾ ਹੈ ਡਿਫਰੈਂਸ ਜ਼ਿਆਦਾ ਮਿਲਣਗੇ ਲੇਕਿਨ ਇੰਟਰਸਟ ਟੈਸਟ ਵਿੱਚ ਪੁੱਛ ਨਹੀਂ ਜਾਣਗੇ ਕੋਲੈਬੋਰੇਟਿਵ ਲਰਨਿੰਗ collaborative learning ਵਿੱਚ ਮੇਰੇ ਕੋਲ ਇਮੇਜ ਨਹੀਂ ਹੈ ਮੰਨ ਲਓ ਇੱਕ ਕਲਾਸਰੂਮ ਹੈ ਕਲਾਸਰੂਮ ਦੇ ਵਿੱਚ ਇੱਕ ਸਰਕਲ ਲਗਾ ਦਿੱਤਾ ਉਹ ਤੁਹਾਨੂੰ ਪਿਛਲੀ ਵੀਡੀਓ ਵਿੱਚ ਦਿਖਾਇਆ ਸੀ ਹੈਨਾ ਰਾਉਂਡ ਟੇਬਲ ਬਣਾਤੇ ਛੋਟੇ ਗਰੁੱਪ ਵਿੱਚ ਵੰਡ ਦਿੱਤਾ ਗਿਆ ਛੋਟੇ ਗਰੁੱਪ ਵਿੱਚ ਮਤਲਬ ਕਿ ਤਿੰਨ ਜਾਂ ਚਾਰ ਬੱਚੇ ਹੋਣਗੇ ਹੈਟਰੋਜੀਨਿਟੀ ਹੋਏਗੀ ਸੇਮ ਜੈਂਡਰ ਦੇ ਨਹੀਂ ਹੋਣਗੇ ਹੈਟਰੋਜੀਨਿਟੀ ਮੀਨ ਵੱਖਰੇ ਡਿਫਰੈਂਸ ਹੋਏਗਾ ਉਸ ਤੋਂ ਬਾਅਦ ਉਹਨਾਂ ਦਾ ਅਚੀਵਮੈਂਟ بیس ਡਿਫਰੈਂਸ ਹੋ ਸਕਦਾ ਹੈ ਇੰਟੈਲੀਜੈਂਸ بیس ਡਿਫਰੈਂਸ ਹੋ ਸਕਦਾ ਹੈ ਇਸ ਤਰ੍ਹਾਂ ਗਰੁੱਪ ਬਣਾ ਕੇ ਫਿਰ ਉਹਨਾਂ ਨੂੰ ਕੋਈ ਜਿਹੜਾ ਹੈ ਪ੍ਰੋਬਲਮ ਟੈਕਸਟ ਬੁੱਕ ਜਾਂ ਇੱਕ ਚੈਪਟਰ ਹੈ ਜਾਂ ਉਸ ਦੀ ਡਿਵੀਜ਼ਨ ਕੀਤੀ ਹੋਈ ਹੈ ਉਹ ਤੁਸੀਂ ਇੱਕ ਇੱਕ ਨੂੰ ਦੇ ਦਿੰਦੇ ਹੋ ਉਹ ਆਪਣਾ ਆਪਣਾ ਉਹ ਉੱਥੇ ਪੜ੍ਹਦੇ ਨੇ ਜਿਗਸਾ ਮੈਥਡ ਅੱਗੇ ਚੱਲ ਕੇ ਸਮਝਾਉਣਾ ਹੈ ਉਦੋਂ ਕਲੀਅਰ ਹੋ ਜਾਏਗਾ ਜਿਗਸਾ ਮੈਥਡ ਕੋਲੈਬੋਰੇਟਿਵ ਲਰਨਿੰਗ ਜਾਂ ਕੋਆਪਰੇਟਿਵ ਲਰਨਿੰਗ ਦੀ ਇੱਕ ਤਕਨੀਕ ਹੈ ਸੋ ਗਰੁੱਪ ਵਿੱਚ ਲਰਨ ਕਰਦੇ ਆ ਲਰਨ ਕੀ ਕਰਦੇ ਆ ਇਹਨਾਂ ਸ਼ੇਅਰ ਕਰਦੇ ਆ ਇਹਨਾਂ ਸ਼ੇਅਰ ਕਰਦੇ ਆ ਇਹਨਾਂ ਸ਼ੇਅਰ ਕਰਦੇ ਆ ਮੈਂ ਕੋਸ਼ਿਸ਼ ਕਰਦਾ ਇੱਕ ਵੀਡੀਓ ਤੁਹਾਨੂੰ ਦਿਖਾਵਾਂਗਾ ਜਿਹਦੇ ਤੋਂ ਸਭ ਸਭ ਇਹ ਜਿਹੜੇ ਮੈਥਡ ਦਾ ਬੇਸ ਹੈ ਉਹ ਕਲੀਅਰ ਹੋ ਜਾਏਗਾ ਨੈਕਸਟ ਹੈ ਕਿ ਥਿੰਕਿੰਗ ਸ਼ੇਅਰ ਕਰਦੇ ਹੈ ਓਕੇ ਇਹ ਫੀਡਬੈਕ ਦਿੰਦੇ ਨੇ ਇੱਕ ਦੂਜੇ ਨੂੰ ਫੀਡਬੈਕ ਦੇ ਵਿੱਚ ਕਿ ਗਲਤੀ ਮੈਂ ਕੀ ਕੀਤੀ ਹੈ ਪੋਜ਼ਿਟਿਵ ਕੀ ਕੀਤਾ ਹੈ ਤੂੰ ਨੈਗੇਟਿਵ ਕੀ ਕੀਤਾ ਹੈ ਇਸ ਨੂੰ ਪੀਅਰ ਫੀਡਬੈਕ ਕਹਿੰਦੇ ਨੇ ਪੀਅਰ ਫੀਡਬੈਕ ਵੀ ਚਲਦੀ ਹੈ ਸੈਲਫ ਫੀਡਬੈਕ ਵੀ ਚਲਦੀ ਹੈ ਸੈਲਫ ਏਵੈਲੂਏਸ਼ਨ ਵੀ ਕਹ ਦਿੰਦੇ ਆ ਟੀਚਰ ਏਵੈਲੂਏਸ਼ਨ ਵੀ ਚਲਦੀ ਹੈ ਟੀਚਰ ਸੈਂਟਰਡ ਮੈਥਡ ਵਿੱਚ ਸਿਰਫ ਟੀਚਰ ਹੀ ਫੀਡਬੈਕ ਦਿੰਦਾ ਏਵੈਲੂਏਟ ਕਰਦਾ ਹੈ ਇੱਥੇ ਪੀਅਰ ਫੀਡਬੈਕ ਔਰ ਸੈਲਫ ਫੀਡਬੈਕ ਇਹ ਵੀ that is why this is comprehensive ਸੋ ਇਸ ਇਕ ਕੋਲੈਬੋਰੇਟਿਵ ਲਰਨਿੰਗ ਮੇਰੇ ਖਿਆਲ ਚ ਰਬ ਨਾਲ ਨਾਲ ਕਰਨਾ ਪਏਗਾ ਨੈਕਸਟ ਹੈ ਫਲਿੱਪਡ ਕਲਾਸਰੂਮ ਵੈਰੀ ਕੇਅਰਫੁਲੀ ਫਲਿੱਪਡ ਕਲਾਸਰੂਮ ਟੀਚਰ ਸੈਂਟਰਡ ਮੈਥਡ ਵੀ ਗਿਣਿਆ ਜਾਂਦਾ ਹੈ ਇਸ ਲਈ ਇਹ ਜੇ ਆਪਸ਼ਨ ਆndi ਹੈ ਤੇ ਇਸ ਨੂੰ ਕੇਅਰਫੁਲੀ ਪੜਨਾ ਪਏਗਾ ਕਿ ਫਲਿੱਪਡ ਲਰਨਿੰਗ ਦੇ ਨਾਲ ਕੁਝ ਲਿਖਿਆ ਹੋਇਆ ਹੈ ਇਹ ਇਸ ਨੂੰ ਜਿਹੜਾ ਮਾਡਰਨ ਟੀਚਰ ਸੈਂਟਰਡ ਕਲਾਸਰੂਮ ਸਮਝਿਆ ਜਾਂਦਾ ਹੈ ਇਸ ਨੂੰ ਸਮਝਣਾ ਬਹੁਤ ਜ਼ਿਆਦਾ ਈਜ਼ੀ ਹੈ ਫਾਰ ਐਗਜ਼ਾਮਪਲ ਇਹ ਜਿਹੜਾ ਤੁਸੀਂ ਐਲ ਐਮ ਐਸ ਜਾਂ ਇੱਕ ਕੋਰਸ ਸਾਡਾ ਲਿਆ ਹੈ ਉਹਦੇ ਵਿੱਚ ਕੁਝ ਵੀਡੀਓ ਹਜੇ ਅਪਲੋਡ ਹੋਣੀਆਂ ਵੀ ਹੈ ਉਹ ਵੀਡੀਓ ਤੁਹਾਨੂੰ ਦੇਖਣ ਨੂੰ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਸਕੂਲ ਦਾ ਟੀਚਰ ਅੱਜ ਸ਼ਾਮ ਨੂੰ ਬੱਚਿਆਂ ਨੂੰ ਵੀਡੀਓ ਸੈਂਡ ਕਰ ਦਿੰਦਾ ਹੈ ਬੱਚਿਆਂ ਨੂੰ ਕਿਹਾ ਜਾਂਦਾ ਹੈ ਵੀਡੀਓ ਦੇਖੇ ਬਿਨਾ ਕਲਾਸ 'ਚ ਨਹੀਂ ਆਣਾ ਵੀਡੀਓ ਦੇਖ ਕੇ ਹੀ ਆਣਗੇ ਇਟ ਮੀਨਸ ਉਹਨਾਂ ਨੇ ਬੇਸਿਕ ਲਰਨਿੰਗ ਕਰਕੇ ਆਏ ਨੇ ਔਰ ਹੋਮਵਰਕ ਸਾਡਾ ਕਰ ਲਈ ਅਸੀਂ ਦਿੰਦੇ ਸੀ ਇੱਥੇ ਜਿਹੜਾ ਕਲਾਸਰੂਮ ਵਰਕ ਹੈ ਉਹ ਕਰ ਦੇ ਦਿੱਤਾ ਗਿਆ ਵੀਡੀਓ ਕਰ ਦੇ ਕੇ ਆ ਰਹੇ ਨੇ ਔਰ ਵੀਡੀਓ ਦੇਖ ਕੇ ਆ ਰਹੇ ਉਹਦੀ ਐਪਲੀਕੇਸ਼ਨ ਕੀ ਹੋਏਗੀ ਕਲਾਸਰੂਮ ਵਿੱਚ ਉਸਦੀ ਐਕਸਟੈਂਡਡ ਲਰਨਿੰਗ অর ਐਪਲੀਕੇਸ਼ਨ ਹੋਏਗੀ ਹੁਣ ਟੀਚਰ ਡਿਸਕਸ ਕਰਦਾ ਹੈ ਉਸ ਨੂੰ ਐਲੈਬੋਰੇਟ ਕਰਦਾ ਹੈ ਜੇ ਟੀਚਰ ਐਲੈਬੋਰੇਟ ਕਰਦਾ ਹੈ ਜੇ ਟੀਚਰ ਉਸ ਨੂੰ ਜਿਹੜਾ ਹੈ ਕ੍ਰਿਟੀਕਲ ਥਿੰਕਿੰਗ ਕਰਵਾਉਂਦਾ ਹੈ অর ਡੋਮੀਨੇਟ ਕਰਦਾ ਹੈ ਫਿਰ ਟੀਚਰ ਸੈਂਟਰਡ ਬਣ ਜਾਏਗਾ ਜੇਕਰ ਸਟੂਡੈਂਟ ਤੋਂ ਕਰਵਾਇਆ ਜਾਂਦਾ ਹੈ ਸਿਰਫ ਸਟੀਮੂਲੇਟ ਟੀਚਰ ਕਰਦਾ ਹੈ ਫਿਰ ਲਰਨਰ ਸੈਂਟਰਡ ਬਣ ਜਾਏਗਾ ਸੋ ਇਸ ਨੂੰ ਕੇਅਰਫੁਲੀ ਕਰਨਾ ਹੈ ਸੋ ਇਹਦੇ ਵਿੱਚ ਇਹ ਇਹ ਦੋ ਸ਼ਬਦ ਰੱਖ ਲੰਗਾ ਮੈਂ ਇਹ ਵੀਡੀਓ অর ਰੀਡਿੰਗ ਫਰੋਮ ਹੋਮ ਦਿੱਤੀ ਜਾਂਦੀ ਹੈ ਆਊਟਸਾਈਡ ਕਲਾਸ ਔਰ ਅੰਗੇਜ ਇਨ ਇੰਟਰੈਕਟਿਵ ਡਿਊਰਿੰਗ ਕਲਾਸ ਸੀਕ ਸੇਮ ਕੰਟੈਂਟ ਕਿਹੜਾ ਆ ਵਾਲਾ ਮੈਨੂੰ ਭੁੱਲ ਜਾਂਦਾ ਓਕੇ ਉਹਦਾ ਉਹ ਵਿਡਥ ਘਟ ਹੈ ਉਹਦੀ ਅੱਛਾ ਨੈਕਸਟ ਹੈ ਯੈਸ ਐਕਸਪੀਰੀਐਂਸ਼ੀਅਲ ਲਰਨਿੰਗ ਮੈਂ ਬੋਰਡ ਚਾਹੁੰਦਾ ਸੀ ਐਕਸਪੀਰੀਐਂਸ਼ੀਅਲ ਲਰਨਿੰਗ ਵੈਸੇ ਇਹ ਕੁਐਸਚਨ ਆਏਗਾ ਨਹੀਂ ਪੀਐਸ ਟੈਟ ਚ ਆਏਗਾ ਇਹ ਇਹ ਕੋਬ ਦਾ ਮਾਡਲ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਕੋਈ ਐਕਸਪੀਰੀਅੰਸ ਡਾਇਰੈਕਟ ਐਕਸਪੀਰੀਅੰਸ ਬੱਚੇ ਨੂੰ ਦਿੰਦੇ ਹੋ ਫਾਰ ਇਗਜ਼ਾਮਪਲ ਕੁਕਿੰਗ ਦਾ ਹੈ ਸਾਈਕਲਿੰਗ ਦਾ ਹੈ ਕੁਝ ਲਿਖਣ ਦਾ ਹੈ ਫਰਸਟ ਟਾਈਮ ਇਥੇ ਸਟੂਡੀਓ ਵਿੱਚ ਵੀ ਹੁਣ ਲੜਕਾ ਜੋ ਆ ਕੇ ਲਰਨ ਕਰ ਰਿਹਾ ਹੈ ਉਸ ਨੂੰ ਕੰਪਿਊਟਰ ਤੇ ਕੰਮ ਦਿੱਤਾ ਜਾਂਦਾ ਹੈ ਪਹਿਲਾਂ ਐਕਸਪੀਰੀਅੰਸ ਕਰਦਾ ਹੈ ਐਕਸਪੀਰੀਅੰਸ ਤੋਂ ਬਾਅਦ ਕੋਈ ਟੈਨਸ਼ਨ ਵੀ ਹੋ ਜਾਂਦੀ ਹੈ ਵਗੈਰਾ ਉਹ ਐਕਸਪੀਰੀਅੰਸ ਤੋਂ ਬਾਅਦ ਉਸ ਤੇ ਰਿਫਲੈਕਟ ਕੀਤਾ ਜਾਂਦਾ ਹੈ ਰਿਫਲੈਕਟ ਮੀਨ ਕਿ ਤੂੰ ਜੋ ਐਕਸਪੀਰੀਅੰਸ ਕੀਤਾ ਉਹਦੇ ਵਿੱਚ ਕੀ ਗਲਤੀਆਂ ਹੋਈਆਂ ਕੀ ਅੱਛਾ ਰਿਹਾ ਕੀ ਮਾੜਾ ਰਿਹਾ ਅੱਗੇ ਤੋਂ ਉਹ ਐਕਸਪੀਰੀਅੰਸ ਹੋਏਗਾ ਤਾਂ ਕੀ ਅ ਮਨ ਵਿੱਚ ਰੱਖੇਗਾ ਕਿ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਹੈ ਹਨਾ ਸੋ ਜਿਹੜਾ ਹੈ ਇਹ ਸਾਈਕਲ ਬਣ ਜਾਂਦਾ ਹੈ ਐ ਐਕਸਪੀਰੀਅੰਸ ਦੇ ਕੇ ਰਿਫਲੈਕਟ ਕਰਵਾ ਕੇ ਨਵੀਂ ਸਿਚੁਏਸ਼ਨ ਚ ਫਿਰ ਅਪਲਾਈ ਕਰਨਾ ਇਹ ਆਪਾਂ ਡਿਟੇਲ ਵਿੱਚ ਫਿਰ ਕਰ ਲਾਂਗੇ ਸੋ ਇਹ ਇੱਥੇ ਐਕਸਪੀਰੀਅੰਸ ਦੇ ਕੇ ਦੋ ਗੱਲਾਂ ਹੈ ਮੈਟਾਕੋਗਨੀਸ਼ਨ ਤੇ ਰਿਫਲੈਕਸ਼ਨ ਇਹ ਤੁਹਾਨੂੰ ਲਗਭਗ ਸੇਮ ਤਰ੍ਹਾਂ ਮਿਲਦੇ ਰਹਿਣਗੇ ਐ ਬਾਰ-ਬਾਰ ਆਣਗੇ ਮੈਟਾਕੋਗਨੀਸ਼ਨ ਵਿੱਚ ਤਿੰਨ ਸਟੇਜ ਹੈ ਪ੍ਰੀ ਪਲੈਨਿੰਗ ਡਿਊਰਿੰਗ ਟਾਸਕ ਬਿਫੋਰ ਟਾਸਕ ਔਰ ਆਫਟਰ ਟਾਸਕ ਠੀਕ ਹੈ ਰਿਫਲੈਕਸ਼ਨ ਕੀ ਕਿਹਨੂੰ ਕਹਿੰਦੇ ਹਨ ਜਦੋਂ ਤੁਸੀਂ ਐਕਸਪੀਰੀਅੰਸ ਕੋਈ ਚੀਜ਼ ਕਰਦੇ ਹੋ ਡੂਇੰਗ ਨਾਲ ਕਰਦੇ ਹੋ ਇੱਥੇ ਟੈਕਸਟ ਬੁੱਕ ਵੀ ਹੋ ਸਕਦੀ ਹੈ ਲੇਕਿਨ ਰਿਫਲੈਕਸ਼ਨ ਵਿੱਚ ਤੁਸੀਂ ਕੋਈ ਚੀਜ਼ ਕੀਤੀ ਹੀ ਹੈ ਤੁਸੀਂ ਟਾਈਪਿੰਗ ਕੀਤੀ ਹੈ ਤੁਸੀਂ ਸਾਈਕਲ ਚਲਾਇਆ ਫਰਸਟ ਟਾਈਮ ਕੁਕਿੰਗ ਕੀਤੀ ਹੈ ਕਿੰਨੀਆਂ ਐਗਜ਼ਾਮਪਲ ਮਰਜ਼ੀ ਲੈ ਲਓ ਉਹਤੇ ਜਦੋਂ ਥਿੰਕ ਓਵਰ ਕਰਦੇ ਹੋ ਜான் ਡੇਵੀ ਇਹ ਕਹਿੰਦਾ ਹੈ ਕਿ ਜੇ ਤੁਸੀਂ ਰਿਫਲੈਕਟ ਕਰਦੇ ਹੋ ਕੋਬ ਵੀ ਇਹ ਕਹਿੰਦਾ ਹੈ ਜੇ ਤੁਸੀਂ ਰਿਫਲੈਕਟ ਕਰਦੇ ਹੋ ਤੁਹਾਡੀ ਲਰਨਿੰਗ ਜਿਹੜੀ ਹੈ ਲਰਨਿੰਗ ਜਿਹੜੀ ਹੈ ਉਹ ਕਈ ਗੁਣਾ ਕਈ ਗੁਣਾ ਵੱਧ ਜਾਂਦੀ ਹੈ ਜੇ ਰਿਫਲੈਕਟ ਕੀਤੇ ਬਿਨਾ ਮੈਂ ਇੱਕ ਗੱਲ ਕਹਿਣਾ ਹਾਂ ਕਿ ਜਦੋਂ ਜੌਬਸ ਦਿੱਤੀਆਂ ਜਾਂਦੀਆਂ ਹਨ ਪੁੱਛਿਆ ਜਾਂਦਾ ਤੁਹਾਡਾ ਐਕਸਪੀਰੀਅੰਸ ਕਿੰਨਾ ਹੈ ਮੈਂ ਮੈਂ ਮੇਰਾ ਸਕੂਲ ਹੋਵੇ ਮੈਂ ਕਦੇ ਇਸ ਤਰ੍ਹਾਂ ਨਾ ਪੁੱਛਾਂ ਮੈਂ ਪੁੱਛਾਂ ਕਿ ਜਿੰਨਾ ਵੀ ਐਕਸਪੀਰੀਅੰਸ ਸੀ ਤੁਹਾਡਾ ਰਿਫਲੈਕਟਿਵ ਐਕਸਪੀਰੀਅੰਸ ਸੀ ਇੱਕ ਬੰਦਾ 10 ਸਾਲ ਡੈਡ گزار ਕੇ ਆਂਦਾ ਸਕੂਲ ਵਿੱਚ ਕੁਝ ਵੀ ਨਹੀਂ ਕਰਦਾ ਸੋਚਦਾ ਨਹੀਂ ਮੈਂ ਕੀ ਕਰ ਰਿਹਾ ਕੀ ਕਰਨਾ ਹੈ ਕੀ ਇੰਪਰੂਵ ਕਰਨਾ ਹੈ ਦੂਸਰਾ ਸ਼ਖਸ 1 ਸਾਲ ਲਗਾ ਕੇ ਇਹ ਦੇਖਦਾ ਯਾਰ ਮੈਂ ਇੰਪਰੂਵ ਕਿੱਦਾਂ ਕਰਨਾ ਮੇਰੇ ਵਿੱਚ ਕਮੀਆਂ ਕੀ ਹੈ ਮੈਂ ਅੱਗੇ ਪ੍ਰੋਗਰੈਸ ਕਿੱਦਾਂ ਕਰਨੀ ਹੈ ਉਹ 1 ਸਾਲ ਵਾਲਾ 10 ਸਾਲ ਵਾਲੇ ਨਾਲੋਂ ਬੈਟਰ ਹੈ ਉਸ ਕੋਲ ਐਕਸਪੀਰੀਅੰਸ ਜ਼ਿਆਦਾ ਲੇਕਿਨ ਰਿਫਲੈਕਸ਼ਨ ਘੱਟ ਹੈ ਜਿਹਦੇ ਕੋ ਰਿਫਲੈਕਸ਼ਨ ਜ਼ਿਆਦਾ ਹੈ ਉਹ ਐਕਸਪੀਰੀਅੰਸ ਨਾਲੋਂ ਬੈਟਰ ਹੈ ਜੌਨ ਡੀਵੀ ਰਾਈਟ ਆਨਸਰ ਇਸੇ ਨੂੰ ਕਹਿੰਦਾ ਹੈ ਜੇਕਰ ਤੁਹਾਨੂੰ ਐਕਸਪੀਰੀਅੰਸ ਸ਼ਬਦ ਆਂਦਾ ਹੈ ਚਾਰ ਆਪਸ਼ਨ ਵਿੱਚ ਕਿ ਬੱਚੇ ਨੂੰ ਬੱਚੇ ਨੂੰ ਕਿਹੜਾ ਕਰਿਕੂਲਮ ਦੇਣਾ ਚਾਹੀਦਾ ਹੈ ਐਕਸਪੀਰੀਐਂਸ਼ੀਅਲ ਤੇ ਪ੍ਰੇਫਰ ਕਰਨਾ ਹੈ ਜੇਕਰ ਇਹ ਦੋਨੋਂ ਆ ਗਏ ਤਾਂ ਰਿਫਲੈਕਸ਼ਨ ਨੂੰ ਪ੍ਰੇਫਰ ਕਰਨਾ ਹੈ ਅੱਗੇ ਚੱਲਦੇ ਹਾਂ ਮੇਰੇ ਖਿਆਲ ਚ ਜ਼ਿਆਦਾ ਡਿਟੇਲ ਹੋ ਰਹੀ ਹੈ ਇਹਦੇ ਵਿੱਚ ਸੈਲਫ ਡਾਇਰੈਕਟਿਡ ਹੈ ਇਹਦੇ ਵਿੱਚ ਜੇ ਸ਼ਬਦ ਕੋਈ ਲੈਣਾ ਹੈ ਡਾਇਰੈਕਟ ਐਕਸਪੀਰੀਅੰਸ ਇੱਥੇ ਅੰਡਰਲਾਈਨ ਸੀ ਸੌਰੀ ਸਰ ਦੀ ਗਲ ਮੈਂ ਫਿਰ ਭੁੱਲ ਗਿਆ ਉਹਦੀਆਂ ਐਗਜ਼ਾਮਪਲ ਦਿੱਤੀਆਂ ਫੀਲਡ ਟ੍ਰਿਪ ਵੀ ਹੈ ਸਿਮੂਲੇਸ਼ਨ ਵੀ ਹੈ ਹੈਂਡਸ-ਆਨ ਐਕਟੀਵਿਟੀ ਹੈ ਮੈਂ ਗਲਤੀ ਕੀਤੀ ਸੀ ਸਰ ਹੁਣ ਉਹੀ ਵਰਤਾਂਗਾ ਜੀ ਸੈਲਫ ਡਾਇਰੈਕਟਿਡ ਲਰਨਿੰਗ ਸੈਲਫ ਡਾਇਰੈਕਟਿਡ ਲਰਨਿੰਗ ਵਿੱਚ ਮੈਂ ਹੀ ਮੈਨੂੰ ਗਾਈਡ ਕਰਦਾ ਹਾਂ ਮੈਂ ਹੀ ਮੈਨੂੰ ਮੇਰੇ ਲਈ ਗੋਲ ਸੈੱਟ ਕਰਦਾ ਹਾਂ ਔਰ ਇਹਦੇ ਵਿੱਚ ਮੇਨ ਵਰਡ ਸਰ ਇਹ ਵਾਲਾ ਲੈ ਲਿਆ ਜੀ ਏ ਆ a student take responsibility for their own learning ਇਹ ਸੈਂਟਰਲ ਆਈਡੀਆ ਹੈ ਜੇਕਰ ਇਹ ਕੁਐਸਚਨ ਪੁੱਛ ਲਿਆ ਜਾਵੇ ਇਹ ਲਰਨਿੰਗ ਮੈਥਡ ਇਨ ਵਿੱਚ ਸਟੂਡੈਂਟ ਟੇਕ ਰਿਸਪੌਂਸਿਬਿਲਟੀ ਫੋਰ देयर ओन ਲਰਨਿੰਗ ਤਾਂ ਤੁਸੀਂ ਸੈਲਫ ਡਾਇਰੈਕਟਡ ਲਰਨਿੰਗ ਨੂੰ ਵੈਸੇ ਜ਼ਿੰਮਰ ਬੈਂ ਦਾ ਮਾਡਲ ਹੈ ਬੀਐਡ ਵਿੱਚ ਤੁਸੀਂ ਜਾ ਕੇ ਪੜੋਗੇ ਇੱਥੇ ਡਿਟੇਲਸ ਦੀ ਜ਼ਰੂਰਤ ਨਹੀਂ ਹੈ ਉਹਦੇ ਵਿੱਚ ਕੀ ਹੈ ਧਿਆਨ ਨਾਲ ਦੇਖੋ ਜ਼ਿੰਮੇਵਾਰੀ ਲੈਣੀ ਹੈ ਹੈ ਇਸ ਜ਼ਿੰਦਗੀ 'ਚ ਵੀ ਜ਼ਿੰਮੇਵਾਰੀ ਲੈਣੀ ਹੈ ਮੈਂਟਲੀ ਹੈਲਥੀ ਪਰਸਨ ਕਿਹਾ ਜਾਂਦਾ ਹੈ ਉਸ ਨੂੰ ਜਿਹੜਾ ਜ਼ਿੰਮੇਵਾਰੀ ਲੈਂਦਾ ਹੈ ਸੋ ਘਰ ਦੀਆਂ ਜ਼ਿੰਮੇਵਾਰੀਆਂ ਆ ਵੀ ਲੋ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਲੋ ਇੱਕ ਕੇਸ ਆ ਗਿਆ ਕੱਲ ਪਰਸੋ ਆਇਆ ਸੀ ਉਹ ਤੇ ਮੈਂ ਮੈਂ ਕਾਉਂਸਲਰ ਵੀ ਆ ਘਰ ਵਿੱਚ ਲੜਾਈ ਚੱਲ ਰਹੀ ਹੈ ਮੰਮੀ ਪਾਪਾ ਤੇ ਉਹ ਸਟੂਡੈਂਟ ਮੇਰੇ ਕੋਲ ਬੈਠਾ ਹੈ ਤੇ ਲੜਾਈ ਦਾ ਕਾਰਨ ਕੀ ਸੀ ਕਿ ਮੋਟਰਸਾਈਕਲ ਜਿਹੜਾ ਹੈ ਇੱਥੇ ਖੜਾ ਕਰ ਦਿੱਤਾ ਜਾਂਦਾ ਹੈ ਜਿਸ ਕਰਕੇ ਮੰਮੀ ਵੀ ਬੋਲਦੇ ਆ ਬੇਟਾ ਕਹਿੰਦਾ ਆ ਉਹ ਮੇਰੇ ਬੀਅਰ ਦੇ ਸਟੂਡੈਂਟ ਨੇ ਉਹ ਕਹਿੰਦੇ ਮੈਂ ਨਹੀਂ ਮੈਂ ਨਹੀਂ ਮੈਂ ਵੀ ਨਹੀਂ ਕਰਨਾ ਪਾਪਾ ਆਪੀ ਕਰਨ ਪਾਪਾ ਕਹਿੰਦੇ ਮੈਂ ਇੱਥੇ ਰੱਖਣਾ ਮੰਮਾ ਕਹਿੰਦੇ ਮੈਂ ਮੇਰੀ ਸਿਹਤ ਮਤਲਬ ਕਨਫਲਿਕਟ ਹੈ ਇੱਕ ਜਣਾ ਵੀ ਫਲੈਕਸੀਬਲ ਹੋ ਗਿਆ ਕਿ ਚੋਰ ਕੋਈ ਵਾਲ ਨਹੀਂ ਇਹ ਮੋਟਰਸਾਈਕਲ ਇੱਥੇ ਦੀ ਜਗ੍ਹਾ ਇੱਥੇ ਖੜਾ ਕਰ ਦਿੰਨੇ ਆ ਜ਼ਿੰਮੇਵਾਰੀ ਹੋ ਗਈ ਛੋਟੀ ਜੀ ਤਿੰਨਾ ਜਾਨੀਆਂ ਦੀ ਟੈਨਸ਼ਨ ਖਤਮ ਹੋ ਗਈ ਸੋ ਇਦਾਂ ਫਲੈਕਸੀਬਲ ਤੇ ਜ਼ਿੰਮੇਵਾਰ ਬਣਨਾ ਹੈ ਇੱਥੇ ਵਾਪਸ ਆ ਜੀਏ ਇੱਥੇ ਕੀ ਹੈ ਕਿ ਟੈਕਸਟ ਬੁੱਕ ਹੈ 에ਸੇ ਹੈ ਕੁਛ ਪ੍ਰੋਜੈਕਟ ਮਿਲਿਆ ਹੈ ਉਸ ਦੀ ਜ਼ਿੰਮੇਵਾਰੀ ਜ਼ਿੰਮੇਵਾਰੀ ਚ ਕੀ ਹੈ ਹਾਂ ਗੋਲ ਸੈੱਟ ਕਰਨਾ ਹੈ ਸ਼ੁਰੂ ਜੋ ਮੈਂ ਕੀ ਕਰਨਾ ਹੈ ਰਿਸੋਰਸਸ ਕਿ ਕੀ ਵਰਤ ਕੇ ਮੈਂ ਇਹ ਚੀਜ਼ਾਂ ਗੋਲ ਚ ਅਚੀਵ ਕਰਨਾ ਹੈ ਟੈਕਸਟ ਬੁੱਕ ਪੜ੍ਹਨੀ ਹੈ ਉਹਦੇ ਲਈ ਮੈਨੂੰ ਡਿਕਸ਼ਨਰੀ ਚਾਹੀਦੀ ਹੈ ਉਹਦੇ ਲਈ ਮੈਨੂੰ ਮੋਬਾਈਲ ਚਾਹੀਦਾ ਹੈ ਮੈਂ ਗੂਗਲ ਸਰਚ ਕਰਨੀ ਹੈ ਵਗੈਰਾ ਵਗੈਰਾ ਸੋਰਸਸ ਹੈ ਨਾ ਪ੍ਰੋਗਰੈਸ ਨੂੰ ਈਵੈਲਿਊਏਟ ਕਰਨਾ ਇਹ ਪ੍ਰੋਗਰੈਸ ਨੂੰ ਜਿਹੜਾ ਈਵੈਲਿਊਏਟ ਕਰਨਾ ਹੈ ਇਹ ਰਿਫਲੈਕਸ਼ਨ ਦਾ ਹੀ ਪਾਰਟ ਹੈ ਸੋ ਇਹ ਚੀਜ਼ਾਂ ਇਹ ਸੈਂਟਰਲ ਵਰਡਸ ਨੇ ਜਿਹੜੇ ਹੈਲਪ ਕਰਨਗੇ ਤੁਹਾਨੂੰ ਮੈਥਡ ਲੱਭਣ ਵਿੱਚ ਨੈਕਸਟ ਹੈ ਡਿਫਰੈਂਸ਼ੀਏਟਡ ਇਨਸਟ੍ਰਕਸ਼ਨ बार-बार ਪੀਐਸ ਟੈਟ ਚ ਆਏਗਾ ਮੈਨੂੰ ਲੱਗਦਾ ਤੁਹਾਡੀ ਪੀਐਸਟੈਟ ਦੀ ਜਿਆਦਾ ਤਿਆਰੀ ਹੋ ਰਹੀ ਆ ਇਹ ਇਹ ਇੰਟਰਸ ਟੈਸਟ ਵਿੱਚ ਅੱਜਕੱਲ ਪਿਛਲੇ 2 ਸਾਲਾਂ ਜੋ ਪੁੱਛਿਆ ਜਾ ਰਿਹਾ ਹੈ ਸ਼ਬਦ ਆ ਰਿਹਾ ਹੈ ਇਹ ਰਾਈਟ ਆਨਸਰ ਹੁੰਦਾ ਹੈ ਮੋਸਟਲੀ ਕਦੋਂ ਜਦੋਂ ਤੁਸੀਂ ਉਹ 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 ਟੀਚਰ ਜਿਹੜਾ ਧਿਆਨ ਰੱਖਦਾ ਹੈ ਕਿ ਬੱਚਿਆਂ ਦੀ ਨੀਡ ਡਿਫਰੈਂਟ ਹੈ ਲਰਨਿੰਗ ਨੀਡਸ ਲਰਨਿੰਗ ਗੈਪਸ ਡਿਫਰੈਂਟ ਨੇ ਸਭ ਨੂੰ ਜੇ ਸੇਮ ਲੈ ਕੇ ਚੱਲਦਾ ਹੈ ਉਹ ਟੀਚਰ ਗਲਤ ਮੰਨਿਆ ਜਾਂਦਾ ਹੈ ਉਹਦੇ ਲਈ ਸ਼ਬਦ ਵਰਤੇ ਜਾਂਦੇ ਹੈ ਸਟੈਂਡਰਡਾਈਜ਼ਡ ਟੀਚਿੰਗ ਸੇਮ ਟੀਚਿੰਗ ਯੂਨੀਵਰਸਲ ਟੀਚਿੰਗ ਅ ਰੋਂਗ ऑप्शन होंगे राइट की है कि डिफरेंस बेस्ड इंडिविजुअल डिफरेंस इंडिविजुअल वेरिएशन बेस्ड डिफरेंशिएटेड इंस्ट्रक्शन इंस्ट्रक्शन मीन टीचिंग हो गया और सॉरी uh, ਸਰ ਦਾ ਸਰ ਦਾ ਉਹ ਯੂਜ਼ ਕਰਨਾ ਡਿਫਰੈਂਸ਼ੀਏਟ ਮੀਨ ਇਥੇ ਐਨ ਇਹ ਨੂੰ ਲਓ ਇਥੇ ਸਰ ਮੈਂ ਵੀ ਯੂਜ਼ ਕਰਨ ਲਗਾਏ ਡਿਫਰੈਂਟ ਐਨ ਇਹ ਨੂੰ ਯਾਦ ਰੱਖਣਾ ਵੀ ਡਿਫਰੈਂਟ ਜਿਹੜਾ ਟੀਚਰ ਧਿਆਨ ਰੱਖਦਾ ਹੈ ਕਿ ਬੱਚੇ ਡਿਫਰੈਂਟ ਨੇ ਤੇ ਮੈਨੂੰ ਉਹਨਾਂ ਦੇ ਡਿਫਰੈਂਸ ਦਾ ਧਿਆਨ ਰੱਖ ਕੇ ਪਲੈਨਿੰਗ ਕਰਨੀ ਹੈ ਇਹਦੇ ਵਿੱਚ ਕੀ ਹੈ ਅਡਜਸਟ ਦਾ ਆਏ ਸਰ ਦਾ ਇਹ ਵਾਲਾ ਵਰਤ ਲਈਏ ਅਡਜਸਟ ਦਾ ਕੰਟੈਂਟ ਮਤਲਬ ਇੱਕ ਬੱਚਾ ਬਲਾਈਂਡ ਹੈ ਉਸ ਨੂੰ ਕੰਟੈਂਟ ਥੋੜਾ ਘਟਾ ਦਿੱਤਾ ਕਿ ਤੂੰ ਤਿੰਨ ਪੈਰੇ ਨਹੀਂ ਇੱਕ ਪੈਰਾ ਦੋ ਪੈਰੇ ਯਾਦ ਕਰਨੇ ਆ ਹਨਾ ਪ੍ਰੋਸੈਸ ਕਿ ਕਿਵੇਂ ਯਾਦ ਕਰਨਾ ਹੈ ਉਸ ਨੂੰ ਬਰੇਲ ਸਿਸਟਮ ਜਾਂ ਕੰਪਿਊਟਰ ਜਿਹੜੇ ਅਸਿਸਟਿਵ ਡਿਵਾਈਸ ਹੁੰਦੇ ਉਹਦੇ ਤੇ ਪ੍ਰੋਸੈਸ ਈਜ਼ੀ ਕਰ ਦਿੱਤੀ ਪ੍ਰੋਡਕਟ ਤੇਰੇ ਲਈ ਤੇਰੇ ਲਈ 30 ਮਾਰਕਸ ਹੀ ਲੈਣੇ ਕਾਫੀ ਆ ਬਾਕੀਆਂ ਨੇ 50 ਲੈਣੇ ਆ ਸੋ ਪ੍ਰੋਡਕਟ ਕੀ ਹੈ ਰੱਖਦੇ ਹਨ ਲਰਨਿੰਗ এনवायरमेंट ਤੁਸੀਂ ਨਾ ਅਲੱਗ ਬੈਠ ਕੇ ਵੀ ਐਗਜ਼ਾਮ ਦੇ ਸਕਦੇ ਹੋ ਅਲੱਗ ਬੈਠ ਕੇ ਵੀ ਇਹ ਕਰ ਸਕਦੇ ਹੋ ਸੋ ਇਸ ਤਰ੍ਹਾਂ ਦੀਆਂ ਗੱਲਾਂ ਦਾ ਧਿਆਨ ਰੱਖ ਕੇ ਇਹਨੂੰ ਇਨਕਲੂਸਿਵ ਐਜੂਕੇਸ਼ਨ ਦਾ ਮੇਜਰ ਪਾਰਟ ਕਿਹਾ ਜਾਂਦਾ ਹੈ ਸੋ ਨੈਕਸਟ ਚਲਦੇ ਹਾਂ ਮੇਰੇ ਖਿਆਲ ਚ ਜ਼ਿਆਦਾ ਸੋਕ੍ਰੈਟਿਕ ਮੈਥਡ ਹਾਈ ਰੱਬਾ ਸੋਕਰਾਤ ਸੋਕਰਾਤ ਸੋਕ੍ਰੈਟਿਕ ਕਹਾਣੀ ਨਹੀਂ ਮੈਂ ਸੁਣਾਉਂਗਾ ਜਸਟ ਉਹ ਕੁਐਸਚਨ ਪੁੱਛਦਾ ਹੁੰਦਾ ਸੀ ਯੂਥ ਨੂੰ ਠੀਕ ਆ ਕੁਐਸਚਨ ਪੁੱਛਨੇ ਮੈਂ ਮੈਂ ਗਜ਼ਲ ਦਾ ਇੱਕ ਸ਼ੇਰ ਸੁਣਾਵਾਗਾ ਇੱਥੇ ਨਹੀਂ ਸੁਣਾਵਾਗਾ ਸੋ ਜਦੋਂ ਟੀਚਰ ਡੇ ਹੋਏਗਾ ਨਾ ਉਸ ਦਿਨ ਸੁਣਾਵਾਗਾ ਆ ਕੁਐਸਚਨ ਪੁੱਛਦੇ ਹੁੰਦੇ ਸੀ ਓਪਨ ਐਂਡਡ ਕੁਐਸਚਨ ਪੁੱਛਨੇ ਏ ਲਿਖਿਆ ਹੈ ਸਰ ਤੁਹਾਡਾ ਇਹ ਵਰਤ ਲਿਆ ਆਪਾ ਜੀ ਓਪਨ ਐਂਡਡ ਕੁਐਸਚਨ ਪੁੱਛੇ ਜਾਣੇ ਠੀਕ ਹੈ ਜ਼ਿੰਦਗੀ ਦਾ ਕੁਐਸਚਨ ਪੁੱਛਿਆ ਜ਼ਿੰਮੇਵਾਰੀਆਂ ਤੇ ਮੈਂਟਲ ਹੈਲਥ ਤੇ ਰਿਸ਼ਤਿਆਂ ਦੇ ਕੁਐਸਚਨ ਪੁੱਛੇ ਪਿਆਰ ਕੀ ਹੁੰਦਾ ਹੈ ਮੈਂ ਤੁਹਾਨੂੰ ਪੁੱਛਦਾ ਹਾਂ ਸੱਚਮੁੱਚ ਪੁੱਛਾਂਗਾ ਤੁਸੀਂ ਕਹਿੰਨੇ ਆ ਹੁੰਦਾ ਮੈਂ ਕਿ ਜੇ ਐਦਾਂ ਹੋਏਗਾ ਤਾਂ ਫਿਰ ਆ ਜਿਹੜਾ ਕਰ ਰਿਹਾ ਹੈ ਕੀ ਇਹ ਪਿਆਰ ਹੈ ਤੁਸੀਂ ਕਹੋਗੇ ਨਹੀਂ ਯਾਰ ਇਦਾਂ ਨਹੀਂ ਹੋਣਾ ਤੁਸੀਂ ਮੈਂ ਕੁਐਸਚਨ ਹੀ ਪੁੱਛ ਰਿਹਾ ਹਾਂ ਮੈਂ ਐਗਜ਼ਾਮਪਲ ਰੱਖ ਰਿਹਾ ਹਾਂ ਤੁਹਾਡੀ ਥਿੰਕਿੰਗ ਹੌਲੀ-ਹੌਲੀ ਚੇਂਜ ਹੁੰਦੀ ਜਾ ਰਹੀ ਹੈ ਹੌਲੀ-ਹੌਲੀ ਚੇਂਜ ਹੁੰਦੀ ਜਾ ਰਹੀ ਹੈ ਕਿਉਂ ਕਿਉਂਕਿ ਮੇਰੇ ਕੁਐਸਚਨ ਤੁਹਾਨੂੰ ਕ੍ਰਿਟੀਕਲੀ ਸੋਚਣ ਲਈ ਮਜਬੂਰ ਕਰਦੇ ਨੇ ਕਿ ਰਿਐਲਿਟੀ ਕੀ ਹੈ ਐਵੀਡੈਂਸ ਕੀ ਹੈ ਐਨਾਲਿਸਿਸ ਆਪਣੀ ਥਿੰਕਿੰਗ ਦਾ ਕਰੋ ਔਰ ਡਾਇਲੌਗ ਹੁੰਦੇ ਨੇ ਸਟੂਡੈਂਟ ਦੇ ਹਨਾ ਉਹਦੇ ਵਿੱਚ ਇਹ ਤਿੰਨ ਜਿਹੜੇ ਮੇਨ ਸੈਂਟਰਲ ਵਰਡ ਨੇ ਸੋਕ੍ਰੈਟਿਕ ਮੈਥਡ ਦੇ ਹਨ ਨੈਕਸਟ ਚੱਲਦੇ ਹਾਂ ਲਰਨਿੰਗ ਸਟੇਸ਼ਨਸ ਇਹ ਜ਼ਿਆਦਾ ਨਹੀਂ ਪੁੱਛੇ ਜਾਂਦੇ ਲੇਕਿਨ ਮਾਡਰਨ ਵੈਸਟਰਨ ਵਰਡ ਚ ਜ਼ਿਆਦਾ ਪੁੱਛੇ ਜਾਂਦੇ ਆ ਕੁਛ ਨਹੀਂ ਹੈ ਐਕਸਪੈਰੀਮੈਂਟ ਫਾਰ ਐਗਜ਼ਾਮਪਲ ਕਲਾਸਰੂਮ ਵਿੱਚ ਹੀ ਲਰਨਿੰਗ ਸਟੇਸ਼ਨ ਇੱਕ ਬਣਾ ਦਿੱਤਾ ਹਾਂ ਕਿ ਇੱਥੇ ਸਾਇੰਸ ਦੇ ਇਹ ਵਾਲੇ ਐਕਸਪੈਰੀਮੈਂਟ ਹੋਣਗੇ ਇੱਥੇ ਐਕਸਪੈਰੀਮੈਂਟ ਇਹ ਵਾਲੇ ਹੋਣਗੇ ਇੱਥੇ ਇਹ ਹੋਣਗੇ ਚ ਅੱਛਾ ਪਹਿਲੇ ਦਿਨ ਇਹ ਬੱਚੇ ਦੀ ਡਿਊਟੀ ਇੱਥੇ ਲੱਗ ਰਹੀ ਹੈ ਇਹ ਸਾਇੰਸ ਦੇ ਇਸ ਐਕਸਪੈਰੀਮੈਂਟ ਉਹ ਆਬਜ਼ਰਵੇਸ਼ਨ ਕਰ ਰਿਹਾ ਰਿਕਾਰਡ ਕਰ ਰਿਹਾ ਫਿਰ ਦੂਜੇ ਦਿਨੇ ਇਹ ਵਾਲੇ ਦੀ ਇੱਧਰ ਲੱਗ ਜਾਂਦੀ ਹੈ ਸੋ ਲਰਨਿੰਗ ਸਟੇਸ਼ਨ ਕੀ ਹੈ ਕਿ ਤੁਸੀਂ ਇੱਥੇ ਅਸੀਂ ਲਿਆ ਵੀ ਸਕਦੇ ਹਾਂ ਵੇਰੀਅਸ ਐਕਟੀਵਿਟੀਆਂ ਅਲੋਇੰਗ ਸਟੂਡੈਂਟ ਟੂ ਰੋਟੇਟ ਇੰਗੇਜ ਇਨ ਡਾਇਵਰਸ ਲਰਨਿੰਗ ਐਕਸਪੀਰੀਅੰਸਸ ਇੱਥੇ ਐਕਸਪੀਰੀਅੰਸ ਕੋਈ ਹੋਇਆ ਹੈ ਬੀ ਤੇ ਹੋ ਕੋਈ ਹੋਰ ਹੈ ਸੀ ਤੇ ਡੀ ਤੇ ਕੋਈ ਹੋਰ ਹੈ ਸੋ ਇਹ ਲਰਨਿੰਗ ਸਟੇਸ਼ਨ ਲੇਕਿਨ ਆਪਣੇ ਬੀ ਆਡੈਂਟਰਸ ਟੈਸਟ ਨਹੀਂ ਆਏਗਾ ਨਾ ਰੋਲ ਪਲੇਇੰਗ ਸ਼ਬਦ ਆਉਂਦਾ ਹੈ ਸਾਡੇ ਐਂਟਰਸ ਟੈਸਟ ਵਿੱਚ ਰੋਲ ਪਲੇਇੰਗ ਕੱਲ ਵੀ ਹੋਇਆ ਸੀ ਕਿ ਕੋਈ ਸਿਨੈਰੀਓ ਹੈ ਸੀਨ ਹੈ ਕੋਈ ਸੀਨ ਹੈ ਉਹਦੇ ਵਿੱਚ ਕੁਝ ਪਾਤਰ ਨੇ ਉਹ ਪਾਤਰ ਦਾ ਰੋਲ ਅਦਾ ਤੁਹਾਨੂੰ ਕਰਨ ਲਈ ਕਿਹਾ ਜਾਂਦਾ ਹੈ ਉਹ ਜਦੋਂ ਤੁਸੀਂ ਰੋਲ ਅਦਾ ਕਰਦੇ ਹੋ ਫਾਰ ਇਗਜ਼ਾਮਪਲ ਅਸੀਂ ਬ্লাইন্ড ਬੰਦੇ ਨੂੰ ਨਹੀਂ ਸਮਝਦੇ ਤਾਂ ਤੁਹਾਨੂੰ ਬ্লাইন্ড ਤੇ ਇੱਕ ਉਸ ਦਾ ਰੋਲ ਡੈਫ ਤੇ ਡੰਮ ਦਾ ਰੋਲ ਅਦਾ ਕਰਨ ਨੂੰ ਕਿਹਾ ਜਾਵੇ ਉਸ ਦਿਨ ਪਤਾ ਲੱਗੇਗਾ ਕਿ ਜਿਹਨੂੰ ਦਿਖਸਦਾ ਨਹੀਂ ਉਸ ਦਾ ਸੰਸਾਰ ਕਿਦਾਂ ਦਾ ਹੈ ਤੇ ਉਸ ਨੂੰ ਕਿਦਾਂ-ਕਿਦਾਂ ਸੋਚਣਾ ਕਿਦਾਂ ਹਰਕਤਾਂ ਕਰਨੀਆਂ ਪੈਣੀਆਂ ਹੈ ਅਸੀਂ ਦੂਜਿਆਂ ਦੀ ਨੂੰ ਸਮਝਦੇ ਹਾਂ एंपैथी ਸਾਡੀ ਵੱਧਦੀ ਹੈ इमोशनल ਇੰਟੈਲੀਜੈਂਸ ਦੀ ਡਿਵੈਲਪਮੈਂਟ ਹੁੰਦੀ ਹੈ ਸੋ ਇਹ ਤੁਸੀਂ ਰੀਅਲਿਸਟਿਕ ਕੰਟੈਕਸਟ ਇਚ ਵਿੱਚ ਉਹ ਰੋਲ ਨੂੰ ਅਦਾ ਕਰਨਾ ਹੈ ਨੈਕਸਟ ਹੈ ਕਿ ਕੱਲ ਵੀ ਰਿਪੀਟ ਹੋਇਆ ਕੱਲ ਵੀ ਆਇਆ ਸੀ ਰਿਪੀਟ ਹੋਇਆ ਪੀਅਰ ਟੀਚਿੰਗ ਕੁਝ ਨਹੀਂ ਹੈ ਤੈ ਤੂੰ ਮੈਨੂੰ ਪੜ੍ਹਾ ਐ ਓਕੇ ਪੀਅਰ ਦੋ ਜਾਣੇ ਹੈ ਵਾਈਗੋਸਕੀ ਨੂੰ ਇੱਥੇ ਮੈਂ ਭੁੱਲਦਾ ਨਹੀਂ ਐ ਵਾਈਗੋਸਕੀ ਸੋਸ਼ਲ ਕਨਸਟਰਕਟਿਵਿਜ਼ਮ ਬੇਸਿਕ ਕਿ ਇੱਕ ਦੂਜੇ ਗੱਲ ਕਰਨ ਫੋਰ ਐਗਜ਼ਾਮਪਲ ਇਹ ਟੀਚਰ ਹੈ ਟੀਚਰ ਜਿੰਨਾ ਮਰਜ਼ੀ ਪਿਆਰਾ ਕਿਉਂ ਨਾ ਹੋ ਜਾਏ ਇੱਕ ਐਂਗਜ਼ਾਇਟੀ ਹੁੰਦੀ ਹੈ ਕਿ ਯਾਰ ਮੰਮੀ ਪਾਪਾ ਕਿੰਨੇ ਵੀ ਉਹ ਹੋ ਨਾ ਹੋ ਜਾਣ ਇੱਕ ਐਂਗਜ਼ਾਇਟੀ ਹੁੰਦੀ ਹੈ ਪਰ ਆਪਣੇ ਹਾਨੀ ਦੋ ਸਮਾਂ ਤੁਸੀਂ ਹਰ ਤਰ੍ਹਾਂ ਦੀ ਗੱਲ ਕਰ ਲੈਂਦੇ ਹੋ ਸੋ ਲਰਨਿੰਗ ਦੀ ਮੈਨੂੰ ਇਹ ਯਾਰ ਸੁਭਾਲ ਸਮਝ ਨਹੀਂ ਆ ਇਹ ਦੱਸੇਗਾ ਯਾਰ ਮੈਂ ਸਮਝਾ ਦਿੰਨਾ ਮੈਂ ਇਦਾਂ ਆ ਦੇਖੀ ਆ ਮੈਥਡ ਮੈਂ ਇਦਾਂ ਸੋਲਵ ਕੀਤਾ ਸੋ ਇਸ ਤਰ੍ਹਾਂ ਸ਼ੇਅਰਿੰਗ ਹੁੰਦੀ ਆ ਪੀਅਰ ਟੀਚਿੰਗ ਨੈਕਸਟ ਹੈ ਕੇਸ ਬੇਸਡ ਲਰਨਿੰਗ ਕੇਸ بیس ਲਰਨਿੰਗ ਲਈ ਮੈਡੀਕਲ ਦੀ ਮੈਂ ਇੱਕ ਐਗਜ਼ਾਮਪਲ ਲਈ ਹੈ ਸੌਖੀ ਹੈ ਫਾਰ ਐਗਜ਼ਾਮਪਲ ਇੱਕ ਪੇਸ਼ੈਂਟ ਹੈ ਮੈਡੀਕਲ ਇੰਟਰਨਸ਼ਿਪ ਲੱਗੀ ਹੈ ਸੌਰੀ ਅ ਸੋ ਥਿਉਰੀ ਵਿੱਚ ਜੋ ਲਰਨ ਕੀਤਾ ਸੀ ਕਿਤਾਬਾਂ ਚ ਜੋ ਪੜਿਆ ਸੀ ਉਹ ਪ੍ਰੈਕਟੀਕਲ ਕਿਸੇ ਕੇਸ ਤੇ ਅਪਲਾਈ ਕਰਕੇ ਦੇਖਣਾ ਫਾਰ ਐਗਜ਼ਾਮਪਲ ਇੱਕ ਪੇਸ਼ੈਂਟ ਆਂਦਾ ਹੈ ਉਹਦੇ ਸਿੰਪਟਮ ਕਹਿੰਦੇ ਨਹੀਂ ਪਤਾ ਲੱਗ ਰਿਹਾ ਤੇ ਮੈਡੀਕਲ ਸਾਇੰਸ ਦੇ ਸਟੂਡੈਂਟਸ ਨੂੰ ਕਿਹਾ ਜਾਂਦਾ ਹੈ ਕਿ ਆਇਡੈਂਟੀਫਾਈ ਕਰੋ ਕਿ ਇਸ ਨੂੰ ਕਿਹੜੀ ਡਿਜ਼ੀਜ਼ ਹੋਏਗੀ ਹੁਣ ਉਹ ਜਿਹੜੀ ਥਿਊਰੀ ਵਿੱਚ ਪੜੀ ਹੋਈ ਕਿਤਾਬਾਂ ਚ ਪੜੀ ਹੋਈ ਨੌਲੇਜ ਹੈ ਉਸ ਨੂੰ ਅਪਲਾਈ ਕਰ ਰਹੇ ਨੇ ਇੱਕ ਕੇਸ ਤੇ ਕੇਸ ਹਮੇਸ਼ਾ ਹੀ ਮੈਂ ਇਹਨੂੰ ਲਵਾਂਗਾ ਕੇਸ ਨਾਰਮਲ ਪ੍ਰੋਬੈਬਿਲਟੀ ਕਰਵ ਜੇ ਤੁਸੀਂ ਪੜੀ ਹੋਵੇ ਕੇਸ ਨਾ ਹਮੇਸ਼ਾ ਹੀ ਹਮੇਸ਼ਾ ਹੀ ਐ ਐਕਸਟ੍ਰੀਮ ਦੇ ਹੁੰਦੇ ਨੇ ਯੂਨੀਕ ਹੁੰਦੇ ਨੇ ਯੂਨੀਕ ਸ਼ਬਦ ਬੈਟਰ ਹੈ ਠੀਕ ਨਾਰਮਲ ਜਿਹੜੇ ਅਸੀਂ ਪਰਸਨਾਂ ਇੱਥੇ ਆਨੇ ਉਹ ਕੇਸ ਨਹੀਂ ਹੁੰਦੇ ਇਹਦੀ ਡਿਟੇਲ ਚ ਗੱਲ ਕਰਨ ਦੀ ਜਰੂਰਤ ਨਹੀਂ ਐਂਟਰ ਟੈਸਟ ਚ ਨਹੀਂ ਪੁੱਛਿਆ ਜਾਏਗਾ ਸੋ ਕੇਸ ਹੋ ਸਕਦੇ ਬਹੁਤ ਜ਼ਿਆਦਾ ਗਿਫਟਡ ਹੁਸ਼ਿਆਰ ਬੱਚਾ ਹੈ ਉਹ ਕੇਸ ਹੈ ਬਹੁਤ ਜ਼ਿਆਦਾ ਹੀ ਫੇਲ ਹੋਣ ਵਾਲਾ ਬੱਚਾ ਉਹ ਕੇਸ ਹੈ ਸੋ ਕੇਸ ਹਮੇਸ਼ਾ ਐਕਸਟ੍ਰੀਮ ਦਾ ਹੋਏਗਾ ਇੱਥੇ ਪੇਸ਼ੈਂਟ ਹੈ ਪੇਨ ਹੋ ਰਹੀ ਹੈ ਮਰਨ ਜਾ ਰਿਹਾ ਹੈ ਕੇਸ ਹੈ ਤੁਸੀਂ ਥਿਊਰੀ ਆਪਣੀ ਅਪਲਾਈ ਕਰਦੇ ਹੋ ਇੱਕ ਕੇਸ ਬੇਸ ਲਰਨੀਆ ਗੇਮਿਫਿਕੇਸ਼ਨ ਵੈਰੀ ਜੇ ਤੁਸੀਂ ਕਲਾਸ ਵਿੱਚ ਕਿਸੇ ਟੀਚਰ ਨੂੰ ਦੇਖਿਆ ਹੋਵੇ ਚਲੋ ਅੱਜ ਆਪਾਂ ਇਹ ਖੇਡਦੇ ਹਾਂ ਕਿਹੜੀ ਉਹ ਫਿਲਮ ਸੀ ਪੰਜਾਬੀ ਦੀ ਹੁਣ ਜੇ ਆਈ ਸੀ ਅ ਕਲੀ ਜੋਟਾ ਸ਼ਾਇਦ ਹੈ ਨਾ ਉਹਦੇ ਵਿੱਚ ਕੀ ਹੁੰਦਾ ਹੈ ਕੁੜੀ ਜਿਸ ਨੂੰ ਡਿਸਆਰਡਰਵਲ ਲਾਇਆ ਜਾਂ ਜਾਂਦਾ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਇੱਕ ਟੀਚਿੰਗ ਦਾ ਸੀਨ ਹੈ ਜਿਹਦੇ ਵਿੱਚੋਂ ਇੱਕ ਵਰਡ ਬੋਲਦੀ ਹੈ ਉਹ ਬਾਕੀ ਸਟੂਡੈਂਟ ਜਿਹੜੇ ਨੇ ਜਵਾਬ ਦਿੰਦੇ ਨੇ ਜਿਹੜਾ ਜਵਾਬ ਦਿੰਦਾ ਹੈ ਉਸ ਨੂੰ ਟਾਫੀ ਦਿੰਦੇ ਨੇ ਜੇ ਉਹਦੀ ਜਗ੍ਹਾ ਤੇ ਤੁਸੀਂ ਉਹਨਾਂ ਟਾਫੀਆਂ ਨਹੀਂ ਅਰੇਂਜ ਨਹੀਂ ਕਰ ਸਕਦੇ ਜੇ ਕਰਨੀਆਂ ਤਾਂ ਕਰ ਵੀ ਲਈਓ ਉਹ ਰੀਨਫੋਰਸਮੈਂਟ ਸਕਿਨਰ ਦੀ ਹੋ ਜਾਣੀ ਆ ਤੁਸੀਂ ਕੀ ਕਰਦੇ ਹੋ ਮੰਨ ਲਓ ਗਰੁੱਪ ਵਾਣ ਦਿੱਤਾ ਏ ਸੈਕਸ਼ਨ ਇਹ ਕੁੜੀਆਂ ਦਾ ਇਹ ਮੁੰਡਿਆਂ ਦਾ ਇਹ ਇੱਧਰਲਾ ਸੈਕਸ਼ਨ ਇੱਧਰਲਾ ਸੈਕਸ਼ਨ ਅੱਛਾ ਮੈਂ ਸ਼ਬਦ ਬੋਲਾਂਗੀ ਜਿਸ ਨੇ ਆਨਸਰ ਦਿੱਤਾ ਜੇ ਆਨਸਰ ਦੇ ਦਿੱਤਾ ਟੀਮ A ਦਾ 1 ਨੰਬਰ ਟੀਮ B ਦਾ 0 ਟੀਮ ਅੱਛਾ ਜੇ ਤੁਸੀਂ ਮੈਂ ਜਦੋਂ ਕੁਐਸਚਨ ਪੁੱਛਾਂਗਾ ਤੁਸੀਂ ਹੱਥ ਖੜਾ ਨਹੀਂ ਕੀਤਾ ਤੇ ਤੁਹਾਡਾ ਮਾਈਨਸ 1 ਕਰ ਦੇਣਾ ਹੁਣ ਕੀ ਹੈ ਕਿ ਗੇਮ ਸੀ ਗੇਮ ਦੇ ਰੂਲ ਜਿਹੜੇ ਆ ਲਰਨਿੰਗ ਤੇ ਅਪਲਾਈ ਕਰਦੇ ਕਲਾਸਰੂਮ ਚ ਥੈਟ ਇਜ਼ ਗੇਮਿਫਿਕੇਸ਼ਨ ਰਿਸਰਚ ਤੇ ਚੱਲ ਰਹੀ ਹੈ ਵੈਰੀ ਇੰਟਰਸਟਿੰਗ ਔਰ ਈਜ਼ੀਲੀ ਯੂਜ਼ੇਬਲ ਹੈ ਅਹ ਨੈਕਸਟ ਚਲਦੇ ਹਾਂ ਬਲੈਂਡਡ ਲਰਨਿੰਗ ਬਲੈਂਡ ਬਲੈਂਡ ਮੀਨ ਬਲੈਂਡਰ ਹੁੰਦਾ ਨਾ ਮਿਕਸ ਕਰਦਣਾ ਮਿਸ਼ਰਿਤ ਹੋਏਗਾ ਇੱਥੇ ਮਿਸ਼ਰਿਤ ਬਲੈਂਡਰ ਤੁਸੀਂ ਉਹ ਕੀ ਕੀ ਬਣਾਉਂਦੇ ਆ ਬਲੈਂਡਰ ਦਾ ਦੇ ਨਾਲ ਦੋ ਚੀਜ਼ਾਂ ਨੂੰ ਮਿਕਸ ਕਰਦੇ ਹੋ ਇੱਥੇ ਮਿਕਸ ਕੀਤਾ ਕੀਤਾ ਜਾਂਦਾ ਹੈ ਇੱਥੇ ਦੋ ਤਰ੍ਹਾਂ ਦੀ ਟੀਚਿੰਗ ਹੈ ਸਾਡੇ ਕੋਲ ਇਹ ਸਰ ਦਾ ਵਰਤ ਲਈਏ ਯਾਰ ਫੇਸ ਟੂ ਫੇਸ ਠੀਕ ਮੇਰੇ ਸਾਹਮਣੇ ਬੱਚੇ ਬੈਠੇ ਹਨ ਉਹ ਵਾਲੀ ਚੀਜ਼ ਔਰ ਆਨਲਾਈਨ ਨੂੰ ਇਸ ਵੇਰੇ ਆਨਲਾਈਨ ਚੱਲ ਰਹੀ ਹੈ ਠੀਕ ਇਹਨਾਂ ਦੋਨਾਂ ਨੂੰ ਮਿਸ਼ਰਤ ਕਰ ਦਈਏ ਪਲੱਸ ਕਰ ਦਈਏ ਗੁਣਾ ਕਰ ਦਈਏ ਮਤਲਬ ਕੁਝ ਕਲਾਸਾਂ ਫੇਸ ਟੂ ਫੇਸ ਲੱਗਣਗੀਆਂ ਐਕਸਪੈਰੀਮੈਂਟ ਫੋਰ ਐਗਜ਼ਾਮਪਲ ਤੁਹਾਡੇ ਇੱਥੇ ਆ ਕੇ ਹੋਣਗੇ ਕਾਲਜ ਵਿੱਚ ਸਕੂਲ ਵਿੱਚ ਠੀਕ ਲੇਕਿਨ ਬਾਕੀ ਕਲਾਸਾਂ ਥਿਊਰੀ ਦੀਆਂ ਆਨਲਾਈਨ ਲੱਗਣਗੀਆਂ ਥਿਸ ਇਜ਼ ਐਗਜ਼ਾਮਪਲ ਆਫ ਬਲੈਂਡਡ ਲਰਨਿੰਗ ਦੋ ਚੀਜ਼ਾਂ ਨੂੰ ਬਲੈਂਡ ਕਰ ਦਿੱਤਾ ਨੈਕਸਟ ਚੱਲਦੇ ਆ ਜਿਗਸਾ ਟੈਕਨੀਕ ਇੱਕ ਕੋਆਪਰੇਟਿਵ ਲਰਨਿੰਗ ਦੀਆਂ ਕਾਫੀ ਟੈਕਨੀਕਸ ਨੇ ਲਗਭਗ 20 20 ਦੇ ਕਰੀਬ ਟੈਕਨੀਕਸ ਹੋਣੀਆਂ ਨਾਰਮਲੀ 10 ਕ ਪੜਾਈਆਂ ਜਾਂਦੀਆਂ ਬੀਐਡ ਵਿੱਚ ਉਹਨਾਂ ਚੋ ਟਾਪ ਦੀ ਟੈਕਨੀਕ ਜਿਹੜੀ ਹੈ ਜਿਗਸਾ ਜਿਗਸਾ ਸ਼ਬਦ ਆਂਦਾ ਹੈ ਪੁੱਛਿਆ ਜਾਂਦਾ ਹੈ ਪੀਐਸ ਸਟੈਟਿਜ ਵੀ ਪੁੱਛਿਆ ਜਾਂਦਾ ਹੈ ਮੈਂ ਸਿਰਫ ਇਹ ਦੱਸਾਂਗਾ ਕਿ ਜਿਗਸਾ ਹੁੰਦੀ ਕੀ ਹੈ ਇੱਥੇ ਡਰਾ ਇਹਦੇ ਉੱਤੇ ਕਰ ਲਵਾਂ ਹੈਨਾ ਇਹ ਚਲੋ ਇਸ ਤਰ੍ਹਾਂ ਕਰਦੇ ਆ ਬਲਾਕ ਲੈਨੇ ਸਰ ਹੁਣ ਕੰਮ ਆਏਗਾ ਇਹ ਥੋੜਾ ਜਿਹਾ ਹੋਰ ਵੱਡਾ ਹੋ ਜਾਂਦਾ ਇਹ ਮੰਨ ਲਓ ਕਿ ਮੈਂ ਇੱਕ ਕੰਟੈਂਟ ਪੜਾਣਾ ਹੈ ਇਹ ਕੰਟੈਂਟ ਪੜਾਉਣ ਲਈ ਮੈਂ ਕੁਝ ਵੀ ਪੜਾਣਾ ਤੁਸੀਂ ਫੰਡਾਮੈਂਟਲ ਰਾਈਟ ਲਿਖ ਲਿਆ ਫੰਡਾਮੈਂਟਲ ਰਾਈਟ

ਡਿਵੀਜ਼ਨ ਲਈਆਂ ਹਨ ਹੁਣ ਕੀ ਹੋਣਾ ਹੈਗਾ ਪਹਿਲਾ ਫੰਡਾਮੈਂਟਲ ਰਾਈਟ ਇੱਕ ਜਿਹੜਾ ਹੈ ਉਹ ਆ ਸਲਿੱਪ ਹਰ ਗਰੁੱਪ ਵਿੱਚ ਇੱਕ ਨੂੰ ਮਿਲ ਗਈ ਦੋ ਫੰਡਾਮੈਂਟਲ ਰਾਈਟ ਇਹਨਾਂ ਨੂੰ ਮਿਲ ਗਿਆ ਤਿੰਨ ਇਹਨਾਂ ਨੂੰ ਮਿਲ ਗਿਆ ਚਾਰ ਇਹਨਾਂ ਨੂੰ ਮਿਲ ਗਿਆ ਕੰਟੈਂਟ ਡਿਵਾਈਡ ਹੋ ਗਿਆ ਇੱਕ ਗਰੁੱਪ ਵਿੱਚ ਹੁਣ ਇਹ ਜਿਹੜਾ ਹੈ ਇੱਕ ਨੰਬਰ ਵਾਲਾ ਇਹ ਕੰਟੈਂਟ ਫੰਡਾਮੈਂਟਲ ਰਾਈਟ 1 ਪੜ ਰਿਹਾ ਇਹ 셀ਫ ਸਟਡੀ ਕਰੇਗਾ ਆਪਣੀ ਮਾਸਟਰੀ ਕਰੇਗਾ ਕਿ ਮੈਂ ਫੰਡਾਮੈਂਟਲ ਰਾਈਟ ਅੱਛੀ ਤਰ੍ਹਾਂ ਪੜ ਕੇ ਆਵਾਂ ਟੀਚਰ ਘਰ ਤੋਂ ਵੀ ਕਹਿ ਸਕਦਾ ਹੈ ਇੱਕ ਦਿਨ ਪਹਿਲਾਂ ਇਹ ਫੰਡਾਮੈਂਟਲ ਜਦੋਂ 6 7 8 ਪੜਨੇ ਆ ਔਖੇ ਲੱਗਣਗੇ ਇੱਕ ਜਿਹੜਾ ਹੈ ਸੌਖਾ ਲੱਗੇਗਾ Google ਪੜੋ ਜਿੱਥੋਂ ਮਰਜ਼ੀ ਪੜੋ ਐਕਸਪਰਟ ਹੋਗੇ ਇਹ ਆਪਣੇ ਚ ਐਕਸਪਰਟ ਹੋ ਗਿਆ ਆਪਣੇ ਚ ਐਕਸਪਰਟ ਐ ਐਕਸਪਰਟ ਸੋ ਇੱਥੇ ਵੀ 1 2 3 4 ਹੈ ਠੀਕ ਹੈ ਇੱਥੇ ਵੀ 1 2 3 4 ਹੈ ਜਿਕਸਾ ਮੈਥਡ ਹੁਣ ਕੀ ਕੀਤਾ ਇੱਥੇ ਇੱਕ ਵਾਲੇ ਆਹ ਵਾ ਇੱਕ ਵਾਲਾ ਇਧਰ ਮਿਲ ਗਿਆ ਆ ਵੀ ਇੱਕ ਵਾਲਾ ਇੱਕ ਵਾਲੇ ਸਾਰੇ ਇਕੱਠੇ ਕਰ ਦਿੱਤੇ ਫੰਡਮੈਂਟਲ ਰਾਈਟ 1 ਵਾਲੇ 2 ਵਾਲੇ 3 ਵਾਲੇ 4 ਵਾਲੇ ਉੱਥੇ ਸਭ ਦੀ ਮਾਸਟਰੀ ਜਿਹੜੀ ਹੈ ਇਹ ਪਹਿਲੇ ਨੂੰ ਹੋਮ ਗਰੁੱਪ ਗਿਆ ਜਾਂਦਾ ਹੈ ਉਹ ਐਕਸਪਰਟ ਗਰੁੱਪ ਹੈ ਉੱਥੇ ਫਿਰ ਉਹ ਸ਼ੇਅਰਿੰਗ ਹੁੰਦੀ ਹੈ ਉਹਨਾਂ ਦੀ ਨੌਲੇਜ ਰਿਚ ਹੁੰਦੀ ਹੈ ਫਿਰ ਰਿਚ ਹੋਣ ਤੋਂ ਬਾਅਦ ਉਹ ਫਿਰ ਵਾਪਸ ਆਪਣੇ ਹੋਮ ਗਰੁੱਪ ਚ ਆ ਜਾਂਦੇ ਆ ਇਸੇ ਤਰ੍ਹਾਂ 1 2 3 4 ਹੁਣ ਇਹਨਾਂ ਕੋ ਮਾਸਟਰੀ ਇੱਕ ਜਿਹੜਾ ਇੱਕ ਵਿੱਚ ਮਾਸਟਰ ਹੋ ਗਿਆ ਉਹ ਟੀਚ ਕਰਦਾ ਬਾਕੀ ਤਿੰਨਾਂ ਨੂੰ ਦੋ ਵਾਲਾ ਟੀਚ ਕਰਦਾ ਬਾਕੀ ਤਿੰਨਾਂ ਨੂੰ ਤਿੰਨ ਵਾਲਾ ਟੀਚ ਕਰਦਾ ਬਾਕੀ ਤਿੰਨਾਂ ਨੂੰ ਚਾਰ ਵਾਲਾ ਟੀਚ ਕਰਦਾ ਬਾਕੀ ਤਿੰਨਾਂ ਨੂੰ ਸੋ ਸਾਰੇ ਇਸ ਤਰ੍ਹਾਂ ਇਹ ਜਿਕਸਾ ਦੀ ਟੈਕਨੀਕ ਹੈ ਅੱਗੇ ਚੱਲਦੇ ਹਾਂ ਕਨਸੈਪਟ ਮੈਪਿੰਗ ਇਸ ਨੂੰ ਏ ਈਜ਼ੀ ਕਰਨਾ ਹੈ ਤੇ ਵਿਜ਼ੂਅਲ ਡਾਇਗਰਾਮ ਬਣਦਾ ਹੈ ਠੀਕ ਮੈਂ ਬਹੁਤ ਇਸੇ ਤਰ੍ਹਾਂ ਹੀ ਲਰਨ ਕਰਦਾ ਹਾਂ ਫੋਰ ਐਗਜ਼ਾਮਪਲ ਮੈਂ ਕੋਈ ਥਿਊਰੀ ਪੜ੍ਹਦਾ ਹਾਂ ਥਿਊਰੀ ਦਾ ਇਹ ਹੈ ਉਹਦਾ ਥਿਊਰੀ ਲਿਖ ਲਈ ਉਹਦਾ ਨਾਮ ਉਹਦਾ ਕਨਸੈਪਟ ਇਹਦੇ ਨਾਲ ਮਿਲਦਾ ਹੈ ਇਹਦਾ ਰਿਲੇਸ਼ਨ ਇਹਦੇ ਨਾਲ ਹੈ ਇਹ ਅੱਗੇ ਉਹਦੇ ਨਾਲ ਹੈ ਇਹ ਅੱਗੇ ਜਾ ਕੇ ਇਸ ਨਾਲ ਮਿਲਦਾ ਹੈ ਸੋ ਇਹ ਜਿਹੜਾ ਡਾਇਗਰਾਮ ਜੈ ਇੱਕ ਬਣਦਾ ਹੈ ਜਿਹਦੇ ਨਾਲ ਮੈਨੂੰ ਮਾਈਂਡ ਵਿੱਚ ਕਲੈਰਿਟੀ ਹੋ ਜਾਂਦੀ ਹੈ ਕਿ ਇਹ ਕਨਸੈਪਟ ਕੀ ਹੈ ਉਸ ਨੂੰ ਕਨਸੈਪਟ ਮੈਪਿੰਗ ਜਾਂ ਮਾਈਂਡ ਮੈਪਿੰਗ ਵੀ ਕਹ ਦਿੰਦੇ ਆ ਹਾਲਾਂਕਿ ਥੋੜਾ ਜਿਹਾ ਫਰਕ ਹੈ ਇਹ ਕੌਗਨੀਟਿਵਿਜ਼ਮ ਕੌਗਨੀਟਿਵ ਕਨਸਟਰਕਟਿਵਿਜ਼ਮ ਦੀ ਬੜੀ ਅੱਛੀ ਸਟ੍ਰੈਟੇਜੀ ਹੈ ਸੋ ਇੱਕ ਕਨਸੈਪਟ ਨੂੰ ਸਟੱਡੀ ਕਰਨ ਲਈ ਸੌਰੀ ਕਨਸੈਪਟ ਨੂੰ ਸਟੱਡੀ ਕਰਨ ਲਈ ਰਾਈਟ ਆਨਸਰ ਹਮੇਸ਼ਾ ਇਹ ਹੋਏਗਾ ਦੂਸਰਾ ਕਨਸੈਪਟ ਨੂੰ ਸਟੱਡੀ ਕਰਨ ਲਈ ਇੱਕ ਸੀਏਐਮ ਕਨਸੈਪਟ ਅਟੇਨਮੈਂਟ ਮਾਡਲ ਹੈ ਬਰੂਨਰ ਦੀ ਨਾਰਮਲੀ ਐਚ ਨਹੀਂ ਆਏਗਾ ਤੁਹਾਨੂੰ ਬੀਐਡ ਵਿੱਚ ਆਏਗਾ ਲਰਨਿੰਗ ਕੰਟੈਕਟਸ ਬੜਾ ਅੱਛਾ ਸਮਝਾਤਾ ਹੈ ਟੀਚਰ ਹੈ ਸਟੂਡੈਂਟ ਹੈ ਉਹਦੀ ਇਨਸਲਟ ਨਹੀਂ ਕਰਨੀ ਕੋਈ ਵੀਕ ਚੱਲ ਰਿਹਾ ਹੈ ਕੋਈ ਸ਼ਰਾਰਤ ਕਰ ਰਿਹਾ ਹੈ ਕੁਝ ਘਟ ਪੜ ਰਿਹਾ ਹੈ ਹੋਮਵਰਕ ਨਹੀਂ ਕਰ ਰਿਹਾ ਤੁਸੀਂ ਅਲੱਗ ਤੋਂ ਬੈਠ ਦਿਓ ਬੇਟਾ ਆਪਾਂ ਮਿਲਠਣਾ ਹੈ ਬਾਦ 10 ਮਿੰਟ ਮਿਲਠਣਾ ਚਲ ਆਪਣੀ ਕਾਪੀ ਤੇ ਲਿਖ ਅੱਜ ਆਪਾਂ ਇੱਕ ਸਮਝੌਤਾ ਕਰਦੇ ਹਾਂ ਕਿ ਤੂੰ ਟਾਈਮ ਸਿਰ ਕੰਮ ਕਰੇਗਾ ਮੈਨੂੰ ਦਿਖਾਇਆ ਕਰੇਗਾ ਤੇ ਆਪਾਂ ਵੱਖਰੇ ਚੈੱਕ ਕਰਿਆ ਕਰਾਂਗੇ ਤੇ ਉਹ ਤੁਸੀਂ ਕੰਟ੍ਰੈਕਟ ਕਰ ਲੈਂਦੇ ਆ 10 ਦਿਨ ਦਾ ਕੰਟ੍ਰੈਕਟ ਹੋ ਗਿਆ ਰੋਜ਼ ਉਹਦੀ ਕਾਪੀ ਤੇ ਲਿਖਦੇ ਹਾਂ ਹਾਂ ਤੁਸੀਂ ਠੀਕ ਕੀਤਾ ਐਦਾਂ ਕੀਤਾ ਪ੍ਰੋਗਰੈਸ ਹੋ ਰਹੀ ਹੈ ਚੈੱਕ ਸੋ ਕੰਟ੍ਰੈਕਟ ਐਗਰੀਮੈਂਟ ਦੋ ਟੀਚਰ ਤੇ ਸਟੂਡੈਂਟ ਦੇ ਵਿਚਕਾਰ ਠੀਕ ਥਿੰਕ ਪੇਅਰ ਸ਼ੇਅਰ ਅ ਥਿੰਕ ਪੇਅਰ ਸ਼ੇਅਰ ਕੀ ਹੈ ਇਹ ਕੋਆਪਰੇਟਿਵ ਲਰਨਿੰਗ ਦੀ ਜਿਕਸਾ ਦੱਸੀ ਸੀ ਅੱਗੇ ਇਹ ਹੈ ਅ ਕੋਆਪਰੇਟਿਵ ਲਰਨਿੰਗ ਤੇ ਆਪਾਂ ਪੀਐਸਟੈਟ ਵਿੱਚ ਸਾਰੇ ਉਹ ਮੈਥਡ ਪੜਾਂਗੇ ਹੁਣ ਇੱਥੇ ਕੀ ਹੈ ਕਿ ਸਿੰਪਲ ਇਹਨੂੰ ਜੇ ਬਹੁਤ ਈਜ਼ੀਲੀ ਕਰਨਾ ਹੈ ਇੱਥੋਂ ਕਰ ਲੋ ਕਿ ਬੱਚੇ ਨੂੰ ਮੈਥ ਦੇ ਸੋਲਵ ਕਰਨ ਲਈ ਦਿੱਤੇ ਸਮ ਔਰ ਬੱਚੇ ਨੇ ਕੀ ਕੀਤਾ ਕਿ ਉਸ ਮੈਥ ਦੇ ਪ੍ਰੋਬਲਮ ਤੇ ਸੋਚਿਆ ਇੰਡੀਵਿਜੂਲੀ ਥਿਸ ਇਜ਼ ਇੰਡੀਵਿਜੂਲੀ ਓਕੇ ਹੁਣ ਇੰਡੀਵਿਜੂਲੀ ਦੂਸਰੇ ਬੱਚੇ ਨੇ ਵੀ ਇੰਡੀਵਿਜੂਲੀ ਸੋਚਿਆ ਉਸ ਤੋਂ ਬਾਅਦ ਉਸ ਮੈਥ ਦੇ ਸੰਬੰਧ ਤੇ ਉਹਨਾਂ ਨੇ ਆਪਣੀ ਥਿੰਕਿੰਗ ਨੂੰ ਸ਼ੇਅਰ ਸੋਲੂਸ਼ਨ ਸ਼ੇਅਰ ਕੀਤੇ ਕਿ ਇਸ ਤਰ੍ਹਾਂ ਮੈਂ ਸੋਲਵ ਕੀਤਾ ਤੂੰ ਇਸ ਤਰ੍ਹਾਂ ਸੋਲਵ ਕੀਤਾ ਬੈਟਰ ਇਹ ਹੈ ਅਸੀਂ ਮਿਲ ਕੇ ਕਿੱਦਾਂ ਕਰ ਸਕਦੇ ਹਾਂ ਸੋ ਇਹ ਮੈਥਡ ਮੇਰੀ ਖਲ ਖਤਮ ਨਹੀਂ ਹੋਇਆ ਡਿਸਕਵਰੀ ਲਰਨਿੰਗ ਸ਼ਬਦ ਹੈ ਵੈਸੇ ਬਰੂਨਰ ਹੁਣੇ ਮੈਂ ਬੋਲਿਆ ਹੈ ਐ ਬਰੂਨਰ ਦੀ ਡਿਸਕਵਰੀ ਲਰਨਿੰਗ ਕਿ ਬੱਚਾ ਖੁਦ ਡਿਸਕਵਰ ਕਰੇਗਾ ਨੋਲਜ ਨੂੰ ਟੀਚਰ ਬਣੀ ਬਣਾਈ ਕਿਤਾਬਾਂ ਦੀ ਇਸ ਵੇਲੇ ਜੋ ਮੈਂ ਕਰ ਰਿਹਾ ਹਾਂ ਮੈਂ ਕਿਤਾਬਾਂ ਚੋਂ ਕੱਢ ਕੇ ਜਾਂ ਆਪਣੀ ਥਿੰਕਿੰਗ ਨਾ ਕੱਢ ਕੇ ਤੁਹਾਨੂੰ ਰਾਈਟ ਨੋਲਜ ਦੇ ਰਿਹਾ ਕਿ ਇਹ ਸ਼ਬਦ ਰਾਈਟ অপਸ਼ਨ ਹੈ ਇਹ ਰੋਂਗ অপਸ਼ਨ ਹੋਏਗਾ ਸੋ ਇਹ ਜਦੋਂ ਤੁਸੀਂ ਖੁਦ ਲੱਭਦੇ ਹੋ ਉਦੋਂ ਤੁਸੀਂ ਡਿਸਕਵਰਰ ਹੋ ਸੋ ਬਰੂਨਰ ਦੀ ਇਹ ਅਪਰੋਚ ਇਹਦੇ ਵਿੱਚ ਇਨਫੋਰਮੇਸ਼ਨ ਬੱਚਾ ਖੁਦ ਬਣਾਉਂਦਾ ਹੈ ਨੋਲਜ ਕਨਸਟਰਕਸ਼ਨ ਔਰ ਗਾਈਡੈਂਸ ਜਿਹੜੀ ਟੀਚਰ ਦੀ ਗਾਈਡੈਂਸ ਤਾਂ ਹੋ ਸਕਦੀ ਹੈ ਲੇਕਿਨ ਉਹ ਡਾਇਰੈਕਟ ਨੋਲਜ ਪ੍ਰੋਵਾਈਡ ਨਹੀਂ ਕਰੇਗਾ ਡਾਇਰੈਕਟ ਆਨਸਰ ਨਹੀਂ ਦੇਵੇਗਾ ਨਾਰਮਲੀ ਬੱਚੇ ਨੂੰ ਹੋਮਵਰਕ ਦਿੱਤਾ ਜਾਂਦਾ ਹੈ ਕਈ ਵਾਰੀ ਬ੍ਰਦਰ ਸਿਸਟਰ ਮਦਰ ਆਪ ਉਹਦਾ ਹੋਮਵਰਕ ਕਰ ਦਿੰਦੇ ਹਨ ਫਾਇਦਾ ਨਹੀਂ ਹੈ ਜੋ ਮਰਜ਼ੀ ਕਰ ਲੋ ਫਾਇਦਾ ਨਹੀਂ ਹੈ ਬੱਚਾ ਸੋਚੇਗਾ ਤਾਂ ਹੀ ਕਰੇਗਾ ਮਾਸਟਰੀ ਲਰਨਿੰਗ ਮਾਸਟਰੀ ਲਰਨਿੰਗ ਦੇ ਬੜੇ ਸਵਾਲ ਪੁੱਛੇ ਜਾਂਦੇ ਨੇ ਕੋਈ ਸਟੈਪ ਹੈ ਕੋਈ ਸਮ ਹੈ ਕੋਈ ਲੈਵਲ ਹੈ ਮੈਥ ਦੀ ਫੋਰ एग्जांपल ਮਲਟੀਪਲੀਕੇਸ਼ਨ ਹੈ ਉਸ ਨੂੰ ਮਾਹਿਰ ਉਸ ਵਿੱਚ ਹੋ ਕੇ ਹੀ ਨੈਕਸਟ ਲੈਵਲ ਤੇ ਬੱਚੇ ਨੂੰ ਜਾਣ ਦੇਣਾ ਹੈ ਅ ਬੱਚਾ ਜਦ ਤੱਕ ਉਹਤੇ ਮਾਸਟਰੀ ਨਹੀਂ ਕਰ ਲੈਂਦਾ ਨੇਚਰਲੀ ਹੈ ਕਿ ਉਹ ਜ਼ਿਆਦਾ ਟਾਈਮ ਲਾਏਗਾ ਇਨਟ੍ਰੀਨਸਿਕਲੀ ਮੋਟੀਵੇਟਿਡ ਹੋਏਗਾ ਔਰ ਉਸ ਦੀ ਹਰ ਤਰ੍ਹਾਂ ਦੀ ਨੋਲਿਜ ਨੂੰ ਜੇ ਜੇ ਅੱਛਾ ਟੀਚਰ ਇੱਥੇ ਪੜਾਉਣ ਵਾਲਾ ਚਾਹੀਦਾ ਹੈ ਉਹ ਮਾਸਟਰੀ ਲਰਨਿੰਗ ਵਾਲਾ ਹੀ ਪੜਾ ਸਕਦਾ ਹੈ ਤਾਂ ਜੋ ਇੱਕਦਮ ਸਭ ਸਵਾਲਾਂ ਦੇ ਜਵਾਬ ਦਿੱਤੇ ਜਾ ਸਕਣ ਸੋ ਦੈਟ ਇਜ਼ ਵਾਈ ਕਈ ਜਣੇ ਇੱਥੇ ਕੈਮਰੇ ਦੇ ਅੱਗੇ ਆਉਣ ਤੋਂ ਡਰਦੇ ਹਨ ਸੋ ਮਾਸਟਰੀ ਲਰਨਿੰਗ ਹੋ ਗਈ ਮਾਸਟਰੀ ਲਰਨਿੰਗ ਵੀ ਪੋਜ਼ਿਟਿਵ ਹੈ ਇਹ ਥੈਂਕ ਯੂ ਅਜ ਲਈ ਨਹੀਂ ਕਾਫੀ ਹੈ ਕਿਸੇ ਨੇ ਕੋਈ ਸਵਾਲ ਕਰਨਾ ਹੈ ਕਰ ਸਕਦੇ ਨੇ ਕੁਐਸਚਨ ਬਣ ਰਹੇ ਨੇ ਹੁਣ ਸਪਲਾਈ ਹੋਇਆ ਕਰ ਰਹੇਗੇ ਤੁਹਾਨੂੰ ਸੋ ਤੁਸੀਂ ਇਹ ਤੁਹਾਡੇ ਇਹਨਾਂ ਕੁਐਸਚਨਾਂ ਦੀ ਐਕਸਰਸਾਈਜ਼ ਨਾਲੋਂ ਨਾਲ ਹੋਏਗੀ ਡਾਊਟ ਕਲਾਸੇ ਲੱਗ ਰਹੀਆਂ ਹਨ ਉਹਨਾਂ ਨੂੰ ਜੁਆਇਨ ਕਰ ਸਕਦੇ ਹੋ ਫਾਰਮ ਆ ਚੁੱਕੇ ਨੇ ਉਹ ਫਿਲ ਕਰਨਾ ਹੈ ਵੀਡੀਓ ਹੁਣੀ ਆ ਜਾਏਗੀ ਸੋ ਉਹਨੂੰ ਦੇਖ ਕੇ ਇੱਕ ਮਹੀਨਾ ਹੈ ਕੋਈ ਕਾਲੀ ਨਹੀਂ ਕਰਨੀ ਕਿਸੇ ਤਰ੍ਹਾਂ ਦੀ ਹੋਰ ਗਾਈਡੈਂਸ ਚਾਹੀਦੀ ਹੈ ਦੂਸਰੀਆਂ ਕਲਾਸਾਂ ਲੱਗਣ ਗਿਆ ਇਸ ਰਿਲੇਟਡ ਕੋਈ ਕੁਐਸਚਨ ਹੈ ਤਾਂ ਪੁੱਛ ਸਕਦੇ ਹੋ ਕੋਈ ਕੁਐਸਚਨ ਹੈ ਸਰ ਕਮੈਂਟ ਪੋਸਟ ਕਰੋ हां ਤੁਸੀਂ ਕਮੈਂਟ ਪੋਸਟ ਕਰ ਦਿਓ ਇਸ ਤਰ੍ਹਾਂ ਕਰ ਲਓ ਇੱਕ ਮਿੰਟ ਹੈ ਤੁਹਾਡੇ ਕੋਲ ਹਾਂ ਕਮੈਂਟ ਪੋਸਟ ਕਰ ਦਿਓ ਤੁਸੀਂ ਉੱਧਾ ਵੀ ਜਿਹੜਾ ਡਿਸਕਸ਼ਨ ਹੈਗਾ ਤੁਸੀਂ ਪੋਸਟ ਕਰ ਸਕਦੇ ਹੋ ਠੀਕ ਹੈ ਤੁਹਾਡੀ ਅਡੀ ਕਲਾਸ ਦੇ ਵਿੱਚ ਆਪਾਂ ਡਾਊਟਸ ਹੈ ਵਗੈਰਾ ਇਹਨਾਂ ਨੂੰ ਮਿਲ ਜਾਏਗਾ ਕਿੱਥੇ ਪੋਸਟ ਕਰਨਾ ਹਾਂ ਇਹਦੇ ਵਿੱਚ ਕਮਿਊਨਿਟੀ ਬਣੀ ਹੋਈ ਹੈ ਕਮਿਊਨਿਟੀ ਤੇ ਜਾ ਕੇ ਤੁਸੀਂ ਪੋਸਟ ਕਰ ਸਕਦੇ ਹੋ ਕਮਿਊਨਿਟੀ 'ਚ ਜਾ ਕੇ ਤੁਸੀਂ ਪੋਸਟ ਕਰਨਾ ਹੈ ਆਪਣੇ ਡਾਊਟਸ ਠੀਕ ਹੈ ਜੇ ਹੁਣ ਹੈਗਾ ਤਾਂ ਦੱਸ ਸਕਦੇ ਹੋ ਅਦਰਵਾਈਜ਼ ਹਾਂ ਅੱਜ ਜੋ ਆਪਾਂ ਕੀਤਾ ਹੈ ਉਹ 99.9% ਇਹ ਸ਼ਬਦ ਜਿਹੜੇ ਸੀ ਇਹ ਰਾਈਟ கரੈਕਟ ਆਨਸਰ ਹੁੰਦਾ ਹੈ ਇਸ ਨੂੰ ਤੁਸੀਂ ਪ੍ਰੇਫਰ ਕਰਨਾ ਹੈ ਪੀਐਸ ਟੈਟ ਵਿੱਚ ਵੀ ਆਣਗੇ ਐਗਜ਼ੈਕਟ ਔਰ ਇੰਟਰਸ ਟੈਸਟ ਵਿੱਚ ਵੀ ਇੰਟਰਸ ਟੈਸਟ ਹਲਕੇ ਆਉਂਦੇ ਨੇ ਉਹਦੇ ਵਿੱਚ ਥੋੜੇ ਜਿਹਾ ਭਾਰੇ ਕਰ ਦਿੱਤੇ ਜਾਂਦੇ ਨੇ ਨਹੀਂ ਕੋਈ ਕੋਈ ਕਲੀਅਰ ਹੈ ਯੈਸ ਕੁਝ ਲੋਕ ਬਰੀ ਯੈਸ ਕਰ ਦੋ ਓਕੇ ਕਰ ਦੋ ਪੇ ਆਫ ਕਰਦਾ ਓਕੇ ਬਾਏ ਨੋ ਕਮੈਂਟ ਓਕੇ ਸਰ ਗੁੱਡ ਈਵਨਿੰਗ ਸਰ ਪਲੀਜ਼ ਦੱਸੋ ਐਗਜੈਕਟ ਕਿੰਨੇ ਵਜੇ ਕਲਾਸ ਹੋਣੀ ਹੈ 7 ਵਜੇ ਹੈ ਇਹ ਵਾਲੀ ਕਲਾਸ ਲੱਗ ਰਹੀ ਹੈ ਹਜੇ ਉਹ ਸਿਸਟਮ ਸੈਟਅਪ ਕਰ ਰਹੇ ਆਂ ਬਿਜਲੀ ਦੀ ਹਾਂ ਅੱਜ ਫਾਰਮ ਆਏ ਸੀਗੇ ਔਰ ਉਹ ਹੋ ਜਾਏਗੀ ਉਹ ਥੋੜੀ ਜੀ ਇੱਕ ਕਲਾਸ ਫਲੈਕਸੀਬਲ ਰਹੇਗੀ 7 ਵਜੇ ਲੱਗ ਜਾਏ ਕਰੇਗੀ ਜੇ ਇਹ ਵੀ ਚੇਂਜ ਕਰਾਂਗੇ ਪਹਿਲਾਂ ਤੁਹਾਨੂੰ ਦੱਸ ਦਾਂਗੇ ਮੇਰੇ ਕੋਲ ਮੈਸੇਜ ਤੁਹਾਨੂੰ ਆ ਜਾਂਦਾ ਹੋਏਗਾ ਇਹ 7 ਵਜੇ ਲਾ ਦਿੱਤੀ ਸੀ ਥੋੜੀ ਬਿਜਲੀ ਦਾ ਕੰਮ ਚੱਲਦਾ ਹੈ ਉਹਦੇ ਕਰਕੇ ਥੋੜੀ ਜੀ ਪ੍ਰੋਬਲਮ ਸੀ ਡਿਲੀਟ ਹੋ ਗਈ ਠੀਕ ਹੈ ਕੰਟੈਂਟ ਬਾਰੇ ਇਸ ਕੋਈ ਕੁਐਸਚਨ ਓਕੇ ਥੈਂਕ ਯੂ